ਇਹ ਜ਼ੋਰ ਖੁਦਾ ਨੇ ਦਿੱਤਾ ਤੇ ਉਹਦੇ ਲਈ ਇਸਤੇਮਾਲ ਹੋਣਾ। ਤੁਹਾਡੀ ਸੰਗਤ ਕਿਹਦੇ ਨਾਲ ਆ? ਬੋਲੋ, ਪ੍ਰਭੂ ਯੇਸ਼ੂ ਮਸੀਹ ਨਾਲ। ਪ੍ਰਭੂ ਯੇਸ਼ੂ ਜਿਹੜੇ ਕੰਮ ਕਰਦੇ ਹੋ, ਯਾਦ ਮੈਂ ਕਰੀ ਕਲਾਮ ਸੁਣਾਇਆ ਸੀ ਵੀ ਜੇ ਤੁਹਾਡੀ ਸੰਗਤੀ ਯੇਸ਼ੂ ਮਸੀਹ ਦੇ ਨਾਲ ਆ ਤੇ ਕਲਾਮ ਚ ਲਿਖਿਆ ਤੁਸੀਂ ਤੇ ਯੇਸ਼ੂ ਮਸੀਹ ਕੀ ਹੋ? ਇੱਕ ਆਤਮਾ ਵਾ। ਹਾਲੇਲੂਇਆ। ਕੁਝ ਲੋਕ ਨੇ ਜਿਹੜੇ ਜਦੋਂ ਗੱਲ ਕਰਦੇ ਨੇ ਮੇਰੇ ਨਾਲ, ਕਹਿੰਦੇ ਪਾਸਟਰ ਜੀ ਅਸੀਂ ਤੁਹਾਡੇ ਨਾਲ ਨਹੀਂ, ਅਸੀਂ ਪ੍ਰਭੂ ਯੇਸ਼ੂ ਮਸੀਹ ਨਾਲ ਗੱਲ ਕਰਦੇ ਹਾਂ। ਮੈਂ ਯੇਸ਼ੂ ਮਸੀਹ ਦੀ ਜੁੱਤੀ ਦੇ ਤਸ਼ਮੇ ਖੋਲਣ ਦੇ ਲਾਇਕ ਨਹੀਂ, ਇਹ ਨਕੰਮੀ ਮਿੱਟੀ ਆ, ਇਹ ਮਹਾਪਾਪੀ ਆ, ਮੈਂ ਕਿੱਦਾਂ ਯੇਸ਼ੂ ਮਸੀਹ ਬਣ ਸਕਦਾ? ਨਾ ਨਾ ਨਾ। ਪਰ ਕਲਾਮ ਕਹਿੰਦਾ ਵੀ ਤੁਸੀਂ ਆਪਣੇ ਪਿਤਾ ਵਰਗੇ ਆ, ਪਰ ਤੁਸੀਂ ਜੇ ਖੁਦਾ ਨਾਲ ਸੰਗਤੀ ਕਰਦੇ ਆ ਤੇ ਖੁਦਾ ਤੁਹਾਡੇ ਵਿੱਚ ਆ, ਲੋਕਾਂ ਨੂੰ ਤੁਸੀਂ ਨਹੀਂ, ਤੁਹਾਡੇ ਵਿੱਚੋਂ ਯੇਸ਼ੂ ਮਸੀਹ ਨਜ਼ਰ ਆਵੇਗਾ। ਹਾਲੇਲੂਇਆ। ਅੱਜ ਲੋਕ ਕਹਿੰਦੇ ਮੈਂ ਯਾਰ ਉਹਦੇ ਵਾਂਗੂ ਵਾਲ ਕਟਾਉਣੇ ਆ, ਕਦੀ ਕਹਿੰਦੇ ਹੋ ਮੈਂ ਯੇਸ਼ੂ ਮਸੀਹ ਵਰਗਾ ਲੱਗਾ, ਕਦੀ ਕਹਿੰਦੇ ਹੋ ਮੈਂ ਦਾਊਦ ਵਰਗਾ ਲੱਗਾ, ਕਦੀ ਕਹਿੰਦੇ ਹੋ ਮੈਂ ਮਰੀਮ ਵਰਗੀ ਲੱਗਾ। ਹਾਲੇਲੂਇਆ ਹਾਲੇਲੂਇਆ ਹਾਲੇਲੂਇਆ। ਮੇਰੇ ਵਰਗੀ ਵੀ ਬਣਨ ਦੀ ਲੋੜ ਨਹੀਂ, ਯੇਸ਼ੂ ਮਸੀਹ ਵਰਗੇ ਬਣ ਕੇ ਦਿਖਾਓ। ਆਮੇਨ। ਹਾਲੇਲੂਇਆ। ਪਰਮੇਸ਼ਰ ਵਰਗੇ ਬਣ ਕੇ ਦਿਖਾਓ, ਯੇਸ਼ੂ ਮਸੀਹ ਵਰਗੇ ਅਸੀਂ ਲੱਗੀਏ। ਯੇਸ਼ੂ ਨਾਲ ਸੰਗਤੀ ਕਰਨੀ ਆ, ਖੁਦਾ ਨਾਲ ਸੰਗਤੀ ਕਰਨੀ ਆ। ਹਾਲੇਲੂਇਆ ਹਾਲੇਲੂਇਆ ਹਾਲੇਲੂਇਆ। ਅੱਜ ਸੰਗਤ ਕਾਹਦੇ ਵਿੱਚ ਆ? ਮੌਜ ਵਿੱਚ ਆ। ਕਾਹਦੇ ਵਿੱਚ ਆ? ਪੜ੍ਹ ਦਿਓ ਕੂਚ, ਉਹਦਾ 32 ਭਾਗ ਪਹਿਲੀ ਆ ਤੋਂ ਸਟਾਰਟ ਕਰੋ। ਨੇ ਵੇਖਿਆ ਭਈ ਮੂਸਾ ਨੇ ਪਹਾੜੋ ਲੈਣ ਵਿੱਚ ਚਿਰ ਲਾ ਦਿੱਤਾ ਹੈ, ਤਾਂ ਲੋਕਾਂ ਨੇ ਹਰੂਨ ਕੋਲ ਇਕੱਠੇ ਹੋ ਕੇ ਉਸ ਨੂੰ ਆਖਿਆ, ਉੱਠ ਤੇ ਸਾਡੇ ਲਈ ਦੇਵਤੇ ਬਣਾ। ਹਾਲੇਲੂਇਆ। ਇਹ ਕਲੀਸਿਆ ਵਾ, ਇਹ ਕਿਹਦੀ ਕਲੀਸਿਆ ਵਾ? ਕਿਹਦੀ ਕਲੀਸਿਆ? ਮੂਸਾ ਦੀ। ਭਾਈ ਉੱਚੀ ਆਵਾਜ਼ ਨਾਲ, ਕਿਹਦੀ ਕਲੀਸਿਆ? ਮੂਸਾ ਦੀ। ਕਿਹਦੀ ਕਲੀਸਿਆ? ਮੂਸਾ ਦੀ। ਮੂਸਾ ਕਿੱਥੇ ਗਿਆ? ਪਹਾੜ ਤੇ। ਪਹਾੜੀ ਦੇ ਉੱਪਰ ਗਿਆ, ਪਹਾੜ ਦੇ ਉੱਤੇ ਆ, ਪਰਮੇਸ਼ਵਰ ਨਾਲ ਡਿਸਕਸ਼ਨ ਕਰ ਰਿਹਾ, ਗੱਲਬਾਤ ਕਰ ਰਿਹਾ, ਗੱਲ ਕਰ ਰਿਹਾ। ਮੂਸਾ ਨੂੰ ਆਉਣ ਵਿੱਚ ਕੀ ਲੱਗਾ? ਥੋੜਾ ਜਿਹਾ ਕੀ ਲੱਗਾ? ਚਿਰ ਲੱਗਾ, ਟਾਈਮ ਲੱਗਾ। ਤੇ ਕੀ ਕਹਿ ਰਹੇ ਆ ਕਲੀਸਿਆ? ਕੀ ਕਹਿ ਰਹੀ ਆ? ਸਾਡੇ ਲਈ ਕੀ ਬਣਾ ਦਿਓ? ਦੇਵਤਾ ਬਣਾ। ਸਾਡੇ ਲਈ ਕੀ ਬਣਾ ਦਿਓ? ਸਾਡੇ ਲਈ ਕੀ ਬਣਾ ਦਿਓ? ਅੱਜ ਯੇਸ਼ੂ ਮਸੀਹ ਨੂੰ ਆਉਣ ਵਿੱਚ ਕੀ ਲੱਗਾ? ਥੋੜਾ ਜਿਹਾ ਬੋਲੋ। ਤੁਸੀਂ ਕਹਿਣਾ ਯਾਰ ਅਸੀਂ ਤਾਂ ਕਈ ਚਿਰਾਂ ਤੋਂ ਸੁਣਦੇ ਆ ਰਹੇ ਆ ਯੇਸ਼ੂ ਮਸੀਹ ਆਉਣ ਵਾਲਾ, ਯੇਸ਼ੂ ਮਸੀਹ ਆਉਣ ਵਾਲਾ ਆਇਆ ਤਾਂ, ਤੇ ਇਸ ਲਈ ਸੰਗਤ ਕਾਹਦੇ ਵਿੱਚ ਆ? ਬੋਲੋ, ਸੰਗਤ ਕਾਹਦੇ ਵਿੱਚ ਆ? ਮੌਜ ਵਿੱਚ। ਮੌਜ ਵਿੱਚ ਆ। ਸੰਗਤ ਖਾਂਦੀ ਆ, ਪੀਂਦੀ ਆ, ਐਸ਼ ਕਰਦੀ ਆ, ਭੰਗੜੇ ਵਿਆਹ ਸ਼ਾਦੀਆਂ ਗਾਣਾ ਨੱਚਣਾ ਟੱਪਣਾ ਕਰਨ ਡਈ ਆ, ਮੌਜ ਵਿੱਚ ਆ। ਸੰਗਤ ਕਾਹਦੇ ਵਿੱਚ ਆ? ਮੌਜ ਵਿੱਚ। ਸਲੀਬ ਸਾਡੇ ਲਈ ਮਾਇਨੇ ਨਹੀਂ ਆ, ਸਲੀਬ ਦੇ ਉੱਤੇ ਜਿਹੜਾ ਯੇਸ਼ੂ ਮਸੀਹ ਆ ਉਹ ਸਾਡੇ ਲਈ ਮਾਇਨੇ ਰੱਖਦਾ। ਜਿਹੜਾ ਸਲੀਬ ਦੇ ਉੱਤੇ ਯੇਸ਼ੂ ਮਸੀਹ ਆ। ਹਾਲੇਲੂਇਆ ਹਾਲੇਲੂਇਆ। ਪਰਜਾ ਕਹਿੰਦੀ ਸਾਨੂੰ ਨਹੀਂ ਪਤਾ ਮੂਸਾ ਕਿੱਥੇ ਚਲਾ ਗਿਆ, ਸਾਨੂੰ ਨਹੀਂ ਪਤਾ ਮੂਸਾ ਕਿੱਥੇ ਚਲਾ ਗਿਆ, ਸਾਡੇ ਲਈ ਇੱਕ ਨਵਾਂ ਦੇਵਤਾ ਆਪਣਾ।
ਸਾਡੇ ਲਈ ਕੀ ਕਰ? ਇੱਕ ਨਵਾਂ ਦੇਵਤਾ ਬਣਾ, ਦੇਵਤਾ ਬਣਾ। ਜਿਹਦੀ ਅਸੀਂ ਭਗਤੀ ਕਰੀਏ, ਜਿਹਦੇ ਅੱਗੇ ਅਸੀਂ ਨੱਚੀਏ ਟੱਪੀਏ, ਸਾਡੇ ਲਈ ਉਹ ਦੇਵਤਾ ਬਣਾ। ਅੱਜ ਸੰਗਤ, ਕਲੀਸੀਆ, ਮਨਿਸਟਰੀ, ਬਹੁਤ ਸਾਰੇ ਚਰਚ ਇਹ ਚੀਜ਼ਾਂ ਦੇ ਉੱਤੇ ਆ ਚੁੱਕੇ ਆ ਵੀ ਯਿਸੂ ਜੀ ਨੂੰ ਆਉਣ ਵਿੱਚ ਕੀ ਲੱਗਾ, ਥੋੜਾ ਜਿਹਾ ਟਾਈਮ ਲੱਗ ਰਿਹਾ, ਤੇ ਕੀ ਬਣਾ ਦਿੱਤੇ ਥੱਲੇ ਦੇਵਤੇ, ਚਰਚਾਂ ਵਿੱਚ ਕੀ ਬਣ ਚੁੱਕੇ ਆ। ਇਹ ਗਾਈਏ, ਭੰਗੜੇ ਪਾਈਏ, ਇਹ ਚੀਜ਼ ਸਾਡੇ ਲਈ ਕਹਿੰਦੇ ਕਰ। ਹਰੂਨ ਜਿਹੜਾ ਕੀ ਉਹ ਮੂਸਾ ਦੇ ਨਾਲ ਨਹੀਂ ਸੀ? ਬੋਲੋ, ਮੇਰੇ ਨਾਲ ਥੋੜ੍ਹਾ ਜਿਹਾ ਉੱਚੀ ਆਵਾਜ਼ ਨਾਲ, ਥੋੜ੍ਹਾ ਜਿਹਾ ਉੱਚੀ ਆਵਾਜ਼ ਨਾਲ, ਜਿਹੜੇ ਪਿੱਛੇ ਭੈਣਾਂ ਬੇਟੀਆਂ ਹੌਲੀ ਹੌਲੀ ਬੋਲਣ ਵਾਲੇ ਉੱਚੀ ਆਵਾਜ਼ ਨਾਲ। ਮੂਸਾ ਨੇ ਚਮਤਕਾਰ ਨਹੀਂ ਸੀ ਦੇਖਿਆ? ਹਰੂਨ ਨੇ ਚਮਤਕਾਰ ਨਹੀਂ ਸੀ ਦੇਖਿਆ? ਮੂਸਾ ਨੇ ਜਦੋਂ ਸਮੁੰਦਰ ਦੋ ਭਾਗ ਕੀਤਾ, ਹਰੂਨ ਨੇ ਨਹੀਂ ਸੀ ਵੇਖਿਆ? ਕੀ ਹਰੂਨ ਨੂੰ ਨਹੀਂ ਸੀ ਕਹਿਣਾ ਚਾਹੀਦਾ, ਉਹ ਕੋਈ ਗੱਲ ਨਹੀਂ, ਰੁਕੋ, ਤੁਹਾਨੂੰ ਜਦ ਹੀ ਨੇਰੀ ਆਈ ਆ ਵੀ ਹੋਰ ਦੇਵਤੇ ਦੀ, ਸਾਡਾ ਯਹੋਵਾ ਪਰਮੇਸ਼ਵਰ ਜਿਹੜਾ ਸਮੁੰਦਰ ਦੇ ਵਿੱਚੋਂ ਦੀ ਲੈ ਕੇ ਆਇਆ, ਤੁਹਾਨੂੰ ਬਟੇਰੇ ਖਵਾਏ, ਤੁਹਾਨੂੰ ਮੰਨਾ ਖਵਾਇਆ, ਕੀ ਉਹ ਤੁਹਾਡੇ ਲਈ ਇੰਤਜ਼ਾਮ ਨਹੀਂ ਕਰੇਗਾ? ਬੋਲੋ, ਪਾਦਰੀ ਨੂੰ ਇੱਥੇ ਕੀ ਹੋਣਾ ਚਾਹੀਦਾ ਸੀਗਾ? ਥੋੜ੍ਹਾ ਜਿਹਾ ਸਖਤ ਹੋਣਾ ਪੈਣਾ ਸੀ। ਪਾਦਰੀ ਨੂੰ ਕੀ ਹੋਣਾ ਪੈਣਾ ਸੀ? ਮੂਸਾ ਸਖਤ ਹੋਇਆ, ਕਹਿੰਦੇ ਲੋਕਾਂ ਕੋਲੋਂ ਕੀ ਕਰ ਗਿਆ ਮੂਸਾ? ਬੋਲੋ, ਡਰ ਗਿਆ। ਲੋਕਾਂ ਕੋਲੋਂ ਕੀ ਹੋ ਗਿਆ? ਲੋਕਾਂ ਤੋਂ ਡਰ ਗਿਆ। ਪਾਸਟਰ ਸਾਹਿਬ, ਡਰਨ ਦੀ ਲੋੜ ਨਹੀਂ, ਅਸੀਂ ਪਰਮੇਸ਼ਵਰ ਤੋਂ ਡਰਨਾ, ਲੋਕਾਂ ਤੋਂ ਨਹੀਂ, ਸੱਚਾਈ ਬਿਆਨ ਕਰਨੀ ਆ। ਯਿਸੂ ਮਸੀਹ ਯਹੋਵਾ ਪਰਮੇਸ਼ਵਰ ਆ। ਮੂਸਾ ਡਰਿਆ, ਹਰੂਨ ਵੀ ਡਰ ਗਿਆ, ਮੂਸਾ ਡਰਿਆ ਪਰਮੇਸ਼ਵਰ ਤੋਂ ਵੀ ਥੱਲੇ ਪਰਜਾ ਕੀ ਹੋ ਗਈ ਆ, ਵਿਗੜ ਗਈ ਆ, ਕਿਤੇ ਨਾ ਹੋਵੇ ਪਰਜਾ ਦੇ ਨਾਲ ਨਾਲ ਮੂਸਾ ਕਹਿੰਦਾ ਵੀ ਪਰਮੇਸ਼ਵਰ ਮੈਨੂੰ ਵੀ ਨਾ ਚੱਕ ਦੇਵੇ। ਅੱਜ ਸਾਡੇ ਲੋਕ ਮੌਜ ਵਿੱਚ ਕਿਉਂ ਆ? ਉਹਨਾਂ ਨੂੰ ਇਹ ਲੱਗਦਾ ਵੀ ਯਿਸੂ ਜੀ ਹਲੇ ਬਹੁਤ ਦੇਰ ਤੱਕ ਆਉਣਾ, ਹਲੇ ਤਾਂ ਮੈਂ ਮੁੰਡਾ ਵਿਆਹਣਾ, ਫਿਰ ਮੈਂ ਆਪਣੇ ਮੁੰਡੇ ਦਾ ਮੁੰਡਾ ਵਿਆਹਣਾ, ਹਲੇ ਤਾਂ ਮੇਰੇ ਧੌਲੇ ਨਹੀਂ ਆਏ, ਭਾਵੇਂ ਮੈਂ ਵਾਲ ਕਾਲੇ ਰੰਗ ਲਾ ਕੇ ਕਰਦਾ ਵਾਂ, ਰੰਗ ਲਾ ਕੇ ਵਾਲ ਭਾਵੇਂ ਕਾਲੇ ਕਰਦਾ, ਹਲੇ ਤਾਂ ਮੇਰੀ ਉਮਰ ਹੀ ਕੁਛ ਨਹੀਂ, ਹਲੇ ਤਾਂ ਮੈਂ 45 ਸਾਲ ਦਾ ਵਾਂ, ਹਲੇ ਤਾਂ ਮੈਂ 40 ਸਾਲਾਂ ਦੀ ਹਾਂ, ਹਲੇ ਕਿਤੇ ਮੈਂ ਬੁੱਢੀ ਹੋਈ ਹਾਂ, ਤੁਹਾਨੂੰ ਕੀ ਯਿਸੂ ਜੀ ਨੇ ਪੁੱਛ ਕੇ ਆਉਣਾ? ਬੋਲੋ, ਮੌਤ ਨੇ ਪੁੱਛ ਕੇ ਆਉਣਾ? ਯਿਸੂ ਜੀ ਨੇ ਪੁੱਛ ਕੇ ਆਉਣਾ ਮੈਂ ਆਵਾਂ ਜਾਂ ਨਾ ਆਵਾਂ? ਪੁੱਛਣਾ ਜੇ ਤੁਸੀਂ ਨੇ ਇੱਦਾਂ, ਕਿੱਥੇ ਅਸੀਂ ਗੁਆਚੇ ਹੋਏ ਹਾਂ, ਕਿਹੜੇ ਕੰਮਾਂ 'ਚ ਅਸੀਂ ਫਸੇ ਹੋਏ ਹਾਂ? ਤੁਹਾਨੂੰ ਇੱਕ ਗੱਲ ਦੱਸਣ ਲੱਗਾ, ਹਰੂਨ ਨੇ ਉਹਨਾਂ ਲਈ ਦੇਵਤਾ ਕੀ ਬਣ ਚੁੱਕਾ ਵਾ? ਬੋਲੋ, ਦੇਵਤਾ, ਦੇਵਤਾ ਬਣ ਗਿਆ। ਕਈਆਂ ਲਈ ਝੂਠ ਉਹਨਾਂ ਦਾ ਦੇਵਤਾ ਵਾ, ਝੂਠ ਤੋਂ ਬਿਨਾਂ ਗੱਲ ਹੀ ਨਹੀਂ ਕਰਦੇ, ਝੂਠ ਵੀ ਐਡੇ ਐਡੇ ਮਾਰਦੇ ਹੋਏ 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 ਵੀ ਉਹਨਾਂ ਨੇ ਜਿੱਦਾਂ ਆਕਾਸ਼ ਹੀ ਆਪਾਂ ਬਣਾਇਆ ਹੁੰਦਾ, ਭਾਅ ਜੀ ਆਕਾਸ਼ ਮੈਂ ਬਣਾਇਆ ਹੀ ਹੋ। ਅੱਛਾ, ਇਹ ਬੜੀ ਅਜੀਬ ਟੈਕਨੋਲੋਜੀ ਇਹ 'ਚ ਮੈਂ ਇਸਤੇਮਾਲ ਕੀਤੀ ਆ, ਐਡੇ ਝੂਠ, ਝੂਠ ਤੋਂ ਸਵੇਰ ਹੁੰਦੀ ਉਹਨਾਂ ਦੀ, ਝੂਠ ਤੋਂ ਰਾਤ ਖਤਮ ਹੁੰਦੀ ਆ। ਦੱਸੋ ਮੈਨੂੰ ਉਹਨਾਂ ਲਈ ਝੂਠ ਕੀ ਬਣ ਗਿਆ? ਬੋਲੋ, ਪ੍ਰਭੂ ਨਾਲੋਂ ਵੱਧ ਜਿਹੜੀ ਚੀਜ਼ ਨੂੰ ਤੁਸੀਂ ਪਿਆਰ ਕਰਦੇ ਹੋ ਤੁਹਾਡੇ ਲਈ ਦੇਵਤਾ ਬਣੀ ਹੋਈ ਆ। ਅੱਜ ਗੌਰ ਕਰੋ ਇਸ ਗੱਲ 'ਤੇ, ਯਿਸੂ ਮਸੀਹ ਨਾਲੋਂ ਵੱਧ ਜਿਹੜੀ ਚੀਜ਼ ਨੂੰ ਤੁਸੀਂ ਅਹਿਮੀਅਤ ਦਿੰਦੇ ਹੋ ਤੁਹਾਡੇ ਲਈ ਕੀ ਆ? ਉਹ ਦੇਵਤਾ, ਗੋਡ ਹੈ ਤੁਹਾਡੇ ਲਈ। ਤਾਂ ਪਰਮੇਸ਼ਵਰ ਇਸ ਚੀਜ਼ ਦੇ ਸਖਤ ਖਿਲਾਫ ਆ, ਕਹਿੰਦਾ ਮੈਨੂੰ ਛੱਡ ਕੇ ਤੂੰ ਦੂਜਾ ਪਤੀ ਕਰ ਲਿਆ,
ਮੈਨੂੰ ਛੱਡ ਕੇ ਤੂੰ ਦੂਜਾ ਗੋਡ ਬਣਾ ਲਿਆ। ਤਿੰਨ ਹਜ਼ਾਰ ਲੋਕ ਮਾਰਤੇ ਸੀਗੇ ਤਲਵਾਰਾਂ ਦੇ ਨਾਲ, ਭਰਾਵਾਂ ਨੇ ਭਰਾਵਾਂ ਨੂੰ ਕੀ ਕਰ ਦਿੱਤਾ, ਵੱਢ ਦਿੱਤਾ, ਮਾਰ ਦਿੱਤਾ, ਪਿਓ ਨੇ ਪੁੱਤ ਵੱਢ ਦਿੱਤੇ, ਪੁੱਤ ਨੇ ਪਿਓ ਮਾਰ ਦਿੱਤਾ। ਉਸੇ ਦਿਨ 'ਚ ਮੂਸਾ ਕਹਿੰਦਾ ਤਲਵਾਰਾਂ ਇੱਧਰੋਂ ਲੈ ਕੇ ਇੱਧਰ ਨੂੰ, ਤੂੰ ਉੱਧਰ ਲੈ ਲਏ ਇੱਧਰ ਨੂੰ ਲੈ ਕੇ ਚਲੋ। ਜਦੋਂ ਤਲਵਾਰਾਂ ਚੱਲਦੀਆਂ ਜਾਂਦੀਆਂ ਕਿੰਨੇ ਲੋਕ ਮਾਰ ਦਿੱਤੇ, 3000 ਲੋਕ ਮਰ ਗਏ। ਕਿਉਂ? ਕਿਉਂਕਿ ਉਹਨਾਂ ਨੇ ਪਰਮੇਸ਼ਵਰ ਨੂੰ ਛੱਡ ਕੇ ਕੀ ਕਰ ਲਿਆ, ਦੂਸਰਾ ਗੋਡ। ਅੱਜ ਸਾਡੀ ਜ਼ਿੰਦਗੀ ਵਿੱਚ ਗੋਡ ਬਣਿਆ ਹੋਇਆ, ਇਹ ਮੋਬਾਈਲ ਤੁਹਾਡੇ ਲਈ ਦੂਜਾ ਪਰਮੇਸ਼ਵਰ ਆ। ਤੁਹਾਨੂੰ ਦੱਸਾਂ, ਤੁਹਾਨੂੰ ਨੀਂਦ ਨਹੀਂ ਆਉਂਦੀ ਮੋਬਾਈਲ ਤੋਂ ਬਿਨਾਂ? ਕਈ ਤਾਂ ਇੱਦਾਂ ਦੇ ਬੰਦੇ ਆ, ਮੁੰਡੇ ਆ, ਕੁੜੀਆਂ, ਬੀਬੀਆਂ, ਜਿਨ੍ਹਾਂ ਨੇ ਸਿਰਹਾਣੇ ਚਾਰਜਰ ਲਾਇਆ ਹੁੰਦਾ ਵਾ, ਜੇ ਚਾਰਜਰ ਲਈ ਜਗ੍ਹਾ ਹੈ ਨਹੀਂ, ਇੱਕ ਰੂਲਾ ਲੈ ਕੇ ਆਇਆ ਹੋਇਆ, ਬੋਰਡ ਲੈ ਕੇ ਆਇਆ ਹੋਇਆ, ਉਹ ਸਿਰਹਾਣੇ ਰੱਖਿਆ ਹੋਇਆ, ਉਹ 'ਚ ਲਾਇਆ ਹੋਇਆ ਰੂਲਾ ਅਤੇ ਨਾਲ ਜੈਕ ਲਾਇਆ ਹੋਇਆ ਫੋਨ ਦੇ ਵਿੱਚ ਅਤੇ ਨਾਲ ਕੰਨ ਨੂੰ ਲਾਇਆ ਹੋਇਆ ਫੋਨ। ਜਿੱਦਣ ਪਟਾਕਾ ਪਿਆ ਫੋਨ ਦਾ, ਤਾਂ ਉਦਣ ਤੇਰੇ ਕੰਨ ਦਾ ਵੀ ਪਟਾਕਾ ਪੈ ਜਾਣਾ। ਕਈਆਂ ਨੂੰ ਫੋਨ ਦੇਖਣ ਤੋਂ ਬਿਨਾਂ ਰਾਤ ਨੂੰ ਨੀਂਦ ਨਹੀਂ ਆਉਂਦੀ, ਕਈਆਂ ਨੂੰ ਜਾਗ ਫੋਨ ਦੇ ਨਾਲ ਆਉਂਦੀ ਆ। ਪਹਿਲਾਂ ਉੱਠਦੇ ਸਾਰ ਗਿੱਡ ਬਾਜੋਂ ਕੱਢਦੇ, ਪਹਿਲਾਂ ਫੋਨ ਚੈੱਕ ਕਰਦੇ ਕਿੰਨੇ ਕਿੰਨੇ ਵਟਸਐਪ 'ਤੇ ਮੈਸੇਜ ਪਾਇਆ। ਇਹ ਤੁਹਾਡੇ ਲਈ ਗੋਡ ਆ, ਇਹ ਤੁਹਾਡੇ ਲਈ ਪਰਮੇਸ਼ਵਰ ਬਣ ਚੁੱਕਾ ਫੋਨ। ਉੱਠਦੇ ਬਾਜੋ, ਪਹਿਲਾਂ ਉੱਠਦੇ ਬੇਡ ਤੋਂ ਤਮਾਖੂ ਮਾਰ ਕੇ ਬੁੱਲਾ ਥੱਲੇ ਲਾਉਂਦੇ ਹੋ, ਇਹ ਤੁਹਾਡੇ ਲਈ ਨਸ਼ਾ ਪਰਮੇਸ਼ਵਰ ਬਣ ਚੁੱਕਾ। ਹਾਲੇਲੂਇਆ। ਸਹਿਮਤ ਹੋ ਇਸ ਗੱਲ ਦੇ ਨਾਲ? ਹਾਂਜੀ। ਕਿ ਅਸੀਂ ਪਰਮੇਸ਼ਵਰ ਦੇ ਸਨਮੁਖ ਕਲਾਮ 'ਚ ਲਿਖਿਆ ਕੂਚ ਦੀ ਕਿਤਾਬ 20 ਭਾਗ ਦੇ ਵਿੱਚ ਹੀ ਪਰਮੇਸ਼ਵਰ ਕਹਿੰਦਾ ਮੇਰੇ ਸਨਮੁਖ ਤੇਰੇ ਲਈ ਕੋਈ ਦੂਜਾ ਦੇਵੀ ਦੇਵਤਾ ਨਾ ਹੋਵੇ। ਇਹ ਦਸਾਂ ਹੁਕਮਾਂ ਦੇ ਵਿੱਚੋਂ ਕੀ ਹੈ ਇੱਕ ਹੁਕਮ? ਜਦੋਂ ਤੁਸੀਂ ਇਹ ਤੋੜਦੇ ਆ ਨਾ ਹੁਕਮ ਇਹ ਵਾਲਾ, ਪਰਮੇਸ਼ਵਰ ਦੇ ਦੁਸ਼ਮਣ ਬਣਦੇ ਆ। ਕਿਹਦੇ ਦੁਸ਼ਮਣ ਬਣਦੇ ਆ? ਤੇ ਪਰਮੇਸ਼ਵਰ ਦੇ ਕਲਾਮ 'ਚ ਲਿਖਿਆ ਇਬਰਾਨੀਆਂ ਦੇ ਵਿੱਚ, ਪਰਮੇਸ਼ਵਰ ਭਸਮ ਕਰਨ ਵਾਲੀ ਅੱਗ। ਓਏ ਹੋਏ ਹੋਏ ਹੋਏ, ਪਰਮੇਸ਼ਵਰ ਕਿਹੜੀ ਆ? ਭਸਮ ਕਰਨ ਵਾਲੀ ਅੱਗ। ਕਿੰਨੇ ਚਾਹੁੰਦੇ ਆ ਭਸਮ ਕਰਨ ਵਾਲੀ ਅੱਗ ਸਾਨੂੰ ਮਿਲੇ? ਚਾਹੁੰਦੇ ਹੋ ਤੁਸੀਂ? ਆ ਬੜੇ ਕਨਫਿਊਜ਼ ਲੋਕ ਹੋ, ਕਿੰਨੇ ਚਾਹੁੰਦੇ ਆ ਭਸਮ ਕਰਨ ਵਾਲੀ ਅੱਗ ਪਰਮੇਸ਼ਵਰ ਸਾਨੂੰ ਦੇਵੇ? ਦੇਖੋ ਦੇਖੀ, ਹੱਥ ਖੜਾ ਕੀਤਾ ਸਾਰਿਆਂ ਨੇ, ਪਾਦਰੀ ਸਾਹਿਬ ਦਾ ਖੜਾ, ਮੈਂ ਵੀ ਕਰ ਲੈਣਾ ਖੜਾ। ਵੀ ਪਾਦਰੀ ਸਾਹਿਬ ਨੇ ਹੱਥ ਖੜਾ ਕੀਤਾ ਤਾਂ ਮੈਂ ਵੀ ਕੀ ਕਰ ਲੈਣਾ ਹੱਥ? ਭਸਮ ਕਰਨ ਵਾਲੀ ਅੱਗ ਜਦੋਂ ਪਰਮੇਸ਼ਵਰ ਦੀ ਸਾਡੇ ਅੰਦਰ ਹੋਵੇਗੀ, ਜਿਹੜੀ ਚੀਜ਼ ਪਰਮੇਸ਼ਵਰ ਦੇ ਖਿਲਾਫ ਖੜੀ ਹੋਵੇਗੀ, ਪਰਮੇਸ਼ਵਰ ਨੂੰ ਭਸਮ ਕਰਦਾ ਵਾ ਅੱਗ ਦੇ ਨਾਲ। ਪਰਮੇਸ਼ਵਰ ਦੇ ਖਿਲਾਫ ਖੜੀ ਹੋਣ ਦੀ ਕੋਸ਼ਿਸ਼ ਕਰਦਾ ਸਾਡੀ ਸੋਚ ਵਿੱਚ, ਸਾਡੇ ਦਿਲ ਵਿੱਚ, ਪਰਮੇਸ਼ਵਰ ਉਸ ਨੂੰ ਭਸਮ ਕਰਦਾ ਵਾ। ਹਾਲੇਲੂਇਆ, 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 ਹੋਰ ਉੱਚੀ ਆਵਾਜ਼ ਨਾਲ ਹਾਲੇਲੂਇਆ, ਹਾਲੇਲੂਇਆ। ਭਸਮ ਕਰਨ ਵਾਲੀ ਅੱਗ ਚਾਹੀਦੀ ਆ, ਬੋਲੋ ਲਾਲਜੀ ਲੋਕੋ, ਪਹਿਲਾਂ ਨਹੀਂ ਬੋਲੇ ਹੁਣ ਬੋਲਿਆ। ਪਰਮੇਸ਼ਰ ਭਸਮ ਉਸ ਚੀਜ਼ ਨੂੰ ਕਰਦਾ ਜਿਹੜੀ ਪਰਮੇਸ਼ਰ ਦੇ ਖਿਲਾਫ ਹੋਵੇ। ਜੇ ਤੁਹਾਡੇ ਅੰਦਰ ਸੋਚਾਂ ਗਲਤ ਭਾਵਨਾਵਾਂ ਪੈਦਾ ਹੋ ਰਹੀਆਂ ਤਾਂ ਪ੍ਰਭੂ ਯਿਸੂ ਜੀ ਨੇ ਕੀ ਕਰ ਦੇਣੀ ਆ? ਉਹ ਭਸਮ ਕਰ ਦੇਣੀ, ਤੁਹਾਡਾ ਨੁਕਸਾਨ ਨਹੀਂ ਕਰਨਾ। ਪਰਮੇਸ਼ਰ ਨੇ ਤੁਹਾਡੇ ਅੰਦਰ ਜਿਹੜੀ ਪਾਪ ਵਾਲਾ ਬੀਜ ਪੈਦਾ ਹੋ ਰਿਹਾ ਉਸ ਬੀਜ ਨੂੰ ਕੀ ਕਰਨਾ ਵਾ? ਹਾਲੇਲੂਇਆ। ਸੁਣੋ ਸੁਣੋ ਧਿਆਨ ਨਾਲ, ਕੁਝ ਲੋਕ ਇਦਾਂ ਦੇ ਹੋਏ ਨੇ ਜਿਹੜੇ ਪਾਪੀ ਨੂੰ ਮਾਰਦੇ ਸੀ, ਪਾਪੀ ਨੂੰ ਤਲਵਾਰ ਨਾਲ ਵੱਢਦੇ ਸੀ, ਪਰ ਯਿਸੂ ਮਸੀਹ ਇਕੱਲਾ ਹੀ
ਵਾਹੀ ਤਾਂ ਇੱਕ ਪਰਮੇਸ਼ੁਰ ਇੱਦਾਂ ਦਾ ਵਾ, ਇੱਦਾਂ ਦਾ ਗੋਡ ਧਰਤੀ ਦੇ ਉੱਤੇ ਪਰਮੇਸ਼ੁਰ ਯਿਸੂ ਮਸੀਹ ਇੱਦਾਂ ਦਾ ਵਾ ਜਿਹਨੇ ਪਾਪੀ ਨੂੰ ਮਾਰਿਆ ਨਹੀਂ, ਪਾਪੀ ਨਾਲ ਪਿਆਰ ਕੀਤਾ ਤਾਂ ਉਹਦੇ ਅੰਦਰੋਂ ਪਾਪ ਨੂੰ ਖਤਮ ਕੀਤਾ, ਪਾਪ ਨੂੰ ਅੰਦਰੋਂ ਖਤਮ ਕੀਤਾ। ਹਾਲੇਲੂਇਆ ਹਾਲੇਲੂਇਆ। ਜੇ ਅੱਜ ਤੁਹਾਡੇ ਜੀਵਨ ਦੇ ਵਿੱਚ ਕੋਈ ਇੱਦਾਂ ਦਾ ਪਰਮੇਸ਼ੁਰ ਬਣਿਆ ਹੋਇਆ ਜਿਹੜਾ ਤੁਸੀਂ ਯਿਸੂ ਮਸੀਹ ਤੋਂ ਵੱਧ ਹੋ, ਮੰਮਾ ਨੂੰ ਪਾਪਾ ਨੂੰ ਦੱਸਿਓ ਨਾ, ਸਾਡਾ ਹਾਲ ਬਹੁਤ ਮਾੜਾ। ਵਿੱਕੀ ਸਾਹਿਬ ਨੂੰ ਵੀ ਇੱਕ ਫੋਨ ਆਇਆ, ਭੈਣ ਜੀ ਦੀ ਆ ਕੋਈ ਪਾਕਿਸਤਾਨ ਦੀ ਆ, ਰੋਣ ਡੇ ਸੀ, ਮੈਂ ਪਾਸਟਰ ਸਾਹਿਬ ਦੇ ਕੋਲ ਆ ਨਹੀਂ ਸਕਦੀ, ਮੈਂ ਇੱਥੇ ਝਾੜੂ ਪੋਚੇ ਦਾ ਕੰਮ ਕਰਦੀ ਹਾਂ, ਜਿਹੜੇ ਘਰ ਵਿੱਚ ਉਹਨਾਂ ਨੇ ਮੇਰਾ ਪਾਸਪੋਰਟ ਵੀ ਰੱਖਿਆ ਹੋਇਆ ਵਾ, ਉਹ ਭੈਣ ਸ਼ਾਰਜੇ 'ਚ ਕੰਮ ਕਰਦੀ ਆ। ਮੈਂ ਕਿਹਾ ਮਾਈ ਤੈਨੂੰ ਕੀ ਨਹੀਂ ਰਹੀ ਆਈ ਸੀ ਪਹਿਲਾਂ ਆਉਣ ਦੀ, ਜੇ ਘਰੇ 5 ਰੁਪਏ ਕਮਾਉਂਦੀ ਸੀ ਤਾਂ ਚੈਨ ਨਾਲ ਤਾਂ ਬੈਠੀ ਸੀ, ਘਰੇ ਸੁੱਖ ਨਾਲ ਤਾਂ ਬੈਠੀ ਸੀ, ਖੁਦਾ ਦਾ ਧੰਨਵਾਦ ਕਰਦੀ। ਇੱਥੇ 1500 ਦੇ ਪਿੱਛੇ ਤਾਂ ਐਵੇਂ ਫਸ ਗਈ, ਹੁਣ ਘਰੇ ਵੀ ਨਹੀਂ ਜਾ ਸਕਦੀ, ਬੱਚਿਆਂ ਤੋਂ ਵੀ ਦੂਰ, ਪਤੀ ਤੋਂ ਵੀ ਦੂਰ, ਰੱਬ ਤੋਂ ਵੀ ਦੂਰ। ਹਾਲੇਲੂਇਆ। ਪਰਮੇਸ਼ਵਰ ਦੇ ਨੇੜੇ ਜਾਣਾ ਵਾ, ਖੁਦਾ ਨੂੰ ਪਹਿਲਾ ਸਥਾਨ ਜੀਵਨ 'ਚ ਦਵੋ, ਗੋਡ ਨਾ ਬਣਾਓ। ਅੱਜ ਅਸੀਂ ਗੋਡ ਬਣਾ ਲਏ ਆ ਕਈਆਂ ਦੇ ਜੀਵਨ 'ਚ, ਝੂਠ ਉਹਨਾਂ ਲਈ ਕੀ ਬਣ ਚੁੱਕਾ ਵੀ ਮੈਂ ਝੂਠ ਤੋਂ ਬਿਨਾਂ ਚੱਲ, ਮੈਂ ਝੂਠ ਤੋਂ ਬਿਨਾਂ ਜੀ ਨਹੀਂ ਸਕਦਾ, ਮੈਂ ਨਸ਼ੇ ਤੋਂ ਬਿਨਾਂ ਜੀ। ਕਈਆਂ ਨੇ ਪਿਆਰ ਨੂੰ ਗੋਡ ਬਣਾ ਲਿਆ, ਮੈਂ ਉਸ ਕੁੜੀ ਤੋਂ ਬਿਨਾਂ, ਉਸ ਮੁੰਡੇ ਤੋਂ ਬਿਨਾਂ ਰਹਿ, ਮੈਂ ਨਾੜਾਂ ਕੱਟ ਲੈਣੀਆਂ ਹੀ ਹੋ, ਮੈਂ ਜ਼ਹਿਰ ਪੀ ਲੈਣਾ ਹੀ ਹੋ, ਮੈਂ ਆਹ ਖਾ ਲੈਣਾ ਹੀ ਹੋ, ਮੈਂ ਉਹ ਖਾ ਲੈਣਾ ਜੇ ਮੇਰਾ ਨਾਂ ਵਿਆਹ ਕੀਤਾ, ਉਹ ਤੁਹਾਡੇ ਲਈ ਉਹ ਸਭ ਕੁਛ ਉਹੀ ਰੱਬ ਹੋ ਗਿਆ। ਕਿੱਥੇ ਅਸੀਂ ਸਟਾਰਟਿੰਗ 'ਚ ਮੈਂ ਕਿਹਾ ਸੀ ਸੰਗਤ ਕਾਹਦੇ ਵਿੱਚ ਆ, ਬੋਲੋ, ਕੋਈ ਫਿਕਰ ਨਹੀਂ ਫਾਕਾ ਨੇ ਵੀ ਪ੍ਰਭੂ ਯਿਸੂ ਮਸੀਹ ਆਉਣ ਵਾਲਾ ਵਾ, ਬੰਦਗੀ ਹੋਣੀ ਆ, ਰੱਬ ਰੱਬ ਕਰਨਾ ਵਾ, ਬੰਦਗੀ 'ਚ ਜਾਣਾ ਵਾ, ਉਹ ਛੱਡ ਚੱਲ ਜਾਂਗੇ, ਕੋਈ ਗੱਲ ਨਹੀਂ, ਕੰਮ ਜ਼ਰੂਰੀ ਆ, ਅੱਜ ਤਾਂ ਗੇੜਾ ਮਿਲਿਆ ਵਾ, ਅੱਜ ਹੀ ਚੱਲ ਜਾਈਏ। ਉਹਨਾਂ ਨੂੰ ਪਤਾ ਵਾ ਵੀ ਯਾਰ ਕੰਮ ਜ਼ਰੂਰੀ ਨਹੀਂ ਆ, ਪ੍ਰਭੂ ਦਾ ਨਾਮ ਜ਼ਰੂਰੀ ਆ। ਹਾਲੇਲੂਇਆ ਹਾਲੇਲੂਇਆ। ਕੀ ਜ਼ਰੂਰੀ ਆ? ਪ੍ਰਭੂ ਦਾ ਨਾਮ ਜ਼ਰੂਰੀ ਆ। ਪਰ ਇੱਥੇ ਲੋਕਾਂ ਨੇ ਕਿਹਾ ਸਾਨੂੰ ਮੂਸਾ ਜ਼ਰੂਰੀ, ਸਾਨੂੰ ਕੀ ਜ਼ਰੂਰੀ ਆ? ਬੋਲੋ 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 ਬੋਲੋ। ਦੇਵਤਾ ਬਣਾਉਣ ਲਈ ਬਾਹਰੋਂ ਮਟੀਰੀਅਲ ਲਿਆ? ਉਹਨਾਂ ਦੇ ਕੋਲੋਂ ਲਿਆ, ਉਹਨਾਂ ਦੇ, ਹੁਣ ਪੁਆਇੰਟ ਸੁਣੋ, ਉਹਨਾਂ ਦੇ ਕੋਲੋਂ ਦੇਵਤਾ ਬਣਾਇਆ, ਉਹਨਾਂ ਦੀਆਂ ਵਾਲੀਆਂ ਲਈਆਂ, ਮੁੰਦੀਆਂ ਲਈਆਂ, ਛੱਲੇ ਲੈ, ਉਹਨਾਂ ਦੇ ਕੋਲੋਂ ਚੀਜ਼ਾਂ ਲੈ ਕੇ ਕੀ ਬਣਾਤਾ? ਦੇਵਤਾ ਬਾਹਰੋਂ ਨਹੀਂ ਆਉਂਦਾ, ਦੇਵਤਾ ਤੁਹਾਡੇ ਅੰਦਰੋਂ ਨਿਕਲਦਾ। ਕਿੱਥੋਂ ਨਿਕਲਦਾ? ਤੁਹਾਡੇ, ਤੁਹਾਡੀ ਸੋਚ ਵਿੱਚੋਂ, ਤੁਹਾਡੀ ਸੋਚ ਵਿੱਚੋਂ ਦੇਵਤਾ ਨਿਕਲਦਾ ਬਾਹਰ, ਤੁਹਾਡੇ ਮਨ ਦੇ ਵਿੱਚ ਜਿਹੜੇ ਵਿਚਾਰ ਹੈ ਨਾ, ਉਹ ਦੇਵਤੇ ਨੂੰ ਕ੍ਰੀਏਟ ਕਰਦੇ ਆ। ਸੋਨਾ ਕਿਹਨਾਂ ਨੇ ਦਿੱਤਾ? ਸੰਗਤ ਨੇ। ਬੋਲੋ, ਸੋਨਾ ਕਿਹਨਾਂ ਨੇ ਦਿੱਤਾ? ਸੋਨਾ ਕਿਹਨਾਂ ਨੇ ਦਿੱਤਾ? ਸੰਗਤ ਕਿਹਨਾਂ ਕਿਹਨਾਂ ਕੋਲ ਸੀ? ਆਪਣਾ ਆਪਣਾ ਸੀ ਨਾ ਉਹਨਾਂ ਦਾ, ਕਿਸੇ ਮੰਗ ਆਪਣੀ ਆਪਣੀ ਚੀਜ਼ ਦਿੱਤੀ ਨਾ। ਜਦੋਂ ਤੁਹਾਡੇ ਅੰਦਰ ਬੁਰਿਆਈ ਆਉਂਦੀ ਹੈ ਨਾ, ਸ਼ੈਤਾਨ ਉਹ ਬੁਰਿਆਈ ਨੂੰ ਲੈ ਕੇ ਤੁਹਾਨੂੰ ਕ੍ਰੀਏਟ ਕਰਕੇ ਦਿੰਦਾ ਵਾ। ਗੋਡ ਕਲਾਮ 'ਚ ਵੀ ਲਿਖਿਆ ਵਾ, ਜਦੋਂ ਮਨ ਦੀਆਂ ਸੋਚਾਂ ਸਾਡੇ ਅੰਦਰ ਆਉਂਦੀਆਂ ਨਾ, ਉਹ ਗਰਭ ਧਾਰ ਲੈਂਦੀਆਂ। ਕੀ ਧਾਰ ਲੈਂਦੀਆਂ? ਉਹ ਤਾਂ ਪਾਪ ਨੂੰ ਕੀ ਦਿੰਦੀਆਂ ਵਾ? ਉਹ ਜਨਮ ਦਿੰਦੀਆਂ। ਪਾਪ ਨੂੰ ਕੀ ਦਿੰਦੀਆਂ ਵਾ? ਜਨਮ ਦੇ ਦਿੰਦੀਆਂ। ਪਾਪ ਕਿੱਥੋਂ ਜਨਮ ਮਿਲਦਾ ਜੀ? ਅੰਦਰੋਂ ਜਨਮ ਹੁੰਦਾ ਨਾ। ਅਤੇ ਹਰੂਨ ਨੇ ਕਿੱਥੋਂ ਲਿਆ ਜੀ ਸੋਨਾ? ਸੰਗਤ ਦੇ ਕੋਲੋਂ, ਉਹਨਾਂ ਦੇ ਕੋਲੋਂ ਲਿਆ, ਉਹਨਾਂ ਨੇ ਜਿਹੜਾ ਅੰਦਰ ਲੁਕੋ ਲੁਕੋ ਕੇ ਰੱਖਿਆ ਸੀ। ਹਾਲੇਲੂਇਆ। ਸਾਡੇ ਅੰਦਰ ਕੁਝ ਇੱਦਾਂ ਦੀਆਂ ਚੀਜ਼ਾਂ ਹੁੰਦੀਆਂ ਜਿਹੜੀਆਂ ਲੁਕੋਈਆਂ ਹੁੰਦੀਆਂ, ਉਹ ਆ ਬੁਰੀਆਂ ਆਦਤਾਂ ਜਿਹੜੀਆਂ ਸ਼ੈਤਾਨ ਤੁਹਾਡੇ ਤੋਂ ਮੰਗਦਾ। ਅੱਛਾ, ਅਮੀਰ ਹੋਣਾ ਚਾਹੁੰਦਾ, ਹਾਂਜੀ ਮੈਂ ਜਲਦੀ ਸ਼ੋਰਟ ਸ਼ੋਰਟ ਰਾਸਤਾ ਅਪਣਾਉਣਾ ਚਾਹੁੰਦਾ ਅਮੀਰ ਹੋਣ ਲਈ, ਚੱਲ ਇੱਦਾਂ ਕਰ, ਚਿੱਟਾ ਵੇਚਣ ਲੱਗ ਪਾ।
ਕਿਸੇ ਨੂੰ ਪਤਾ ਹੀ ਨਹੀਂ ਲੱਗਣਾ। ਚੱਲ ਤੂੰ ਨਹੀਂ ਪੀਂਦਾ ਨਾ ਪੀ, ਪਰ ਲੋਕਾਂ ਦੇ ਨਿਆਣਿਆਂ ਨੂੰ ਲਾ ਦੇ। ਆ ਭਾਈ ਪਹਿਲਾਂ ਸਿਗਰਟਾਂ ਬੀੜੀਆਂ ਤੰਬਾਕੂ ਵੇਚਦੇ ਹੁੰਦੇ ਸੀ ਨਾ ਸ਼ੋਪ 'ਤੇ, ਜਦੋਂ ਇਹਨਾਂ ਨੂੰ ਮੈਂ ਕਲਾਮ ਦੱਸਿਆ ਵੀ ਭਾਈ ਜੇ ਤੂੰ ਆਪ ਨਹੀਂ ਪੀਂਦਾ ਤੂੰ ਵੇਚਣਾ ਵੀ ਨਹੀਂ ਆ, ਕਰਿਆਨੇ ਦੀ ਦੁਕਾਨ ਜ਼ਰੂਰੀ ਨਹੀਂ ਤੇਰੀਆਂ ਬੀੜੀਆਂ ਸਿਗਰਟਾਂ ਤੰਬਾਕੂ ਨਾਲ ਮੁਗਲ ਸ਼ਹਿਨਾਈ ਨਾਲ ਹੀ ਚੱਲਣੀਆਂ, ਇਹ ਬੰਦ ਕਰਕੇ ਵੀ ਚੱਲਣੀਆਂ। ਇਹਨੇ ਜਦੋਂ ਦਾ ਕੰਮ ਬੰਦ ਕੀਤਾ ਬੀੜੀਆਂ ਸਿਗਰਟਾਂ ਤੰਬਾਕੂ ਵੇਚਣਾ, ਇਹਨਾਂ ਦੀ ਦੁਕਾਨ ਜ਼ਿਆਦਾ ਚੱਲਣ ਲੱਗ ਪਈ। ਹਾਲੇਲੂਇਆ। ਪਰਮੇਸ਼ਵਰ ਦੇ ਦਾਸ ਹੈਰੂਨ ਨੇ ਉਹਨਾਂ ਦੇ ਕੋਲੋਂ ਸੋਨਾ ਮੰਗਿਆ, ਕਹਿੰਦਾ ਮੈਂ ਕਿੱਥੋਂ ਬਣਾ ਕੇ ਦੇ ਦੇਵਾਂ, ਮੇਰੇ ਤੋਂ ਕੋਈ ਚੀਜ਼ ਹੀ ਨਹੀਂ, ਤੁਸੀਂ ਦੇ ਦਿਓ ਤਾਂ ਮੈਂ ਤੁਹਾਨੂੰ ਬਣਾ ਦਿੰਦਾ, ਤੁਸੀਂ ਦੇ ਦਿਓ ਤਾਂ ਤੁਹਾਨੂੰ ਅੱਜ ਬਣਾ ਦਿੰਦਾ। ਏਦਾਂ ਹੀ ਸ਼ੈਤਾਨ ਤੁਹਾਡੇ ਅੰਦਰ ਦੇਖਦਾ ਤੁਹਾਨੂੰ ਕਿਹੜੀ ਚੀਜ਼ ਦੀ ਨੀਡ ਆ, ਉਹਨੇ ਉਹ ਚੀਜ਼ ਲੈ ਕੇ ਤੁਹਾਨੂੰ ਗੋਡ ਬਣਾ ਕੇ ਦੇ ਦੇਣਾ। ਜੇ ਤੁਹਾਡੇ ਅੰਦਰ ਝੂਠ ਹੈ ਤਾਂ ਉਹਨੇ ਤੁਹਾਨੂੰ ਝੂਠ ਦਾ ਕੀ ਬਣਾ ਕੇ ਦੇ ਦੇਣਾ ਵਾ, ਜੇ ਤੁਹਾਡੇ ਅੰਦਰ ਲਾਲਚ ਹੈ ਉਹਨੇ ਲਾਲਚ ਦਾ ਕੀ ਬਣਾ ਕੇ ਦੇ ਦੇਣਾ ਵਾ, ਲਾਲਚ ਦਾ ਹੀ ਦੇਵਤਾ ਬਣਾ ਕੇ ਉਹਨੇ ਦੇ ਦੇਣਾ ਤੁਹਾਨੂੰ, ਜਿਹਦੀ ਵਜ੍ਹਾ ਨਾਲ ਤੁਸੀਂ ਪ੍ਰਭੂ ਤੋਂ ਕੀ ਹੋ ਜਾਣਾ ਵਾ ਦੂਰ। ਜਿਹੜਾ ਹਰ ਵੇਲੇ ਪੈਸਾ 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 ਹੀ ਬੰਦਾ ਕਰਦਾ ਜਾਂ ਭੈਣ ਕਰਦੀ ਆ, ਪੈਸਾ ਹੈ ਨਹੀਂ, ਪੈਸਾ ਹੈਗਾ ਪੈਸਾ ਹੈ ਨਹੀਂ, ਪੈਸਾ ਹੈਗਾ ਪੈਸਾ ਆਉਣਾ ਕਿੱਦਾਂ, ਪੈਸਾ ਜਾਣਾ ਕਿੱਦਾਂ, ਪੈਸਾ ਲਾਉਣਾ ਕਿੱਦਾਂ, ਪੈਸਾ ਬਣਾਉਣਾ ਕਿੱਦਾਂ, ਤੁਹਾਡੇ ਲਈ ਪੈਸਾ ਸਭ ਕੁਝ ਬਣ ਚੁੱਕਾ ਕਿਉਂਕਿ ਸ਼ੈਤਾਨ ਨੇ ਤੁਹਾਨੂੰ ਪੈਸੇ ਦਾ ਦੇਵਤਾ ਬਣਾ ਕੇ ਦਿੱਤਾ। ਫਿਰ ਤੁਹਾਡਾ ਮਾਇੰਡ ਉਸ ਪਾਸੇ ਨੂੰ ਚੱਲਦਾ ਪੈਸਾ ਕਿੱਦਾਂ ਆਉਣਾ ਵਾ, ਪੈਸਾ ਕਿੱਦਾਂ ਆਉਣਾ। ਤੁਹਾਨੂੰ ਪਤਾ ਵੀ ਹੁਣ ਸ਼ੈਤਾਨ ਨੂੰ ਪਤਾ ਲੱਗ ਗਿਆ ਵੀ ਤੁਹਾਡੇ ਇਹ ਅੰਦਰ ਚੀਜ਼ ਹੈ ਨਾ, ਉਹਨੇ ਉਹ ਚੀਜ਼ ਲੈ ਕੇ ਗੋਡ ਬਣਾ ਕੇ ਤੁਹਾਨੂੰ ਦੇ ਦੇਣਾ, ਫਿਰ ਹਰ ਵੇਲੇ ਤੁਸੀਂ ਕੀ ਕਰਦੇ ਰਹਿਣਾ, ਬੋਲੋ ਹਾਲੇਲੂਇਆ। ਤਾਂ ਉੱਥੇ ਤੁਹਾਡੇ ਸਾਹਮਣੇ ਜਦੋਂ ਗੋਡ ਪਰਮੇਸ਼ੁਰ ਨੇ ਤੁਹਾਡੇ ਦੇਖਣਾ ਮੈਂ ਮਨ ਵਿੱਚ ਆ ਚੁੱਕਾ, ਤੁਸੀਂ ਤਾਂ ਪਰਮੇਸ਼ੁਰ ਇੱਕ ਦੂਜੇ ਦੇ ਕੀ ਬਣ ਗਏ, ਕੀ ਬਣ ਗਏ, ਉੱਚੀ ਆਵਾਜ਼ ਨਾਲ ਦੁਸ਼ਮਣ ਬਣ ਗਏ। ਮੈਂ ਇੱਕ ਚੀਜ਼ ਸਿਖਾਉਂਦਾ ਤੁਹਾਨੂੰ, ਇੱਕ ਚੀਜ਼ ਸਿੱਖੋ। ਅਬਰਾਹਮ ਨੇ ਆਪਣਾ ਇਕਲੌਤਾ ਬੱਚਾ ਜਿਹੜਾ ਉਹਨੂੰ 100 ਸਾਲ ਦੀ ਉਮਰ 'ਚ ਮਿਲਿਆ, 25 ਸਾਲ ਬਾਅਦ ਮਿਲਿਆ, 75 ਸਾਲ ਦਾ ਜਦੋਂ ਪ੍ਰਭੂ ਨੇ ਚੱਲਿਆ, 25 ਸਾਲ ਬਾਅਦ ਮਿਲਿਆ ਜਦੋਂ ਉਹਨੂੰ, ਉਹਨੇ ਪ੍ਰਭੂ ਦੇ ਸਾਹਮਣੇ ਕੀ ਕਰ ਦਿੱਤਾ ਉਹਨੂੰ, ਕਿਉਂ ਇਹਦੇ 'ਚ ਵੀ ਕਾਰਨ ਆ, ਕਿਉਂਕਿ ਅਬਰਾਹਮ ਪਰਮੇਸ਼ਵਰ ਨਾਲੋਂ ਵੱਧ ਪਿਆਰ ਕਿਹਨੂੰ ਕਰਨ ਲੱਗ ਪਿਆ ਸੀ, ਕਿਹਨੂੰ ਕਰਨ ਲੱਗ ਪਿਆ ਸੀ। ਤੁਸੀਂ ਵੱਧ ਪਿਆਰ ਪਰਮੇਸ਼ਵਰ ਨਾਲੋਂ ਪੈਸੇ ਨੂੰ ਕਰਦੇ ਆ, ਤੁਸੀਂ ਵੱਧ ਪਿਆਰ ਨਸ਼ੇ ਨੂੰ ਕਰਦੇ ਆ, ਤੁਸੀਂ ਵੱਧ ਪਿਆਰ ਆਪਣੇ ਮੋਬਾਈਲ ਨੂੰ ਕਰਦੇ ਆ। ਇੰਨਾ ਤਾਂ ਬੁੱਢੀ ਵੀ ਨਹੀਂ ਤੁਹਾਡੇ ਨਾਲ ਕਦੀ ਰਹੀ ਜਿੰਨਾ ਮੋਬਾਈਲ ਤੁਹਾਡੇ ਨਾਲ ਰਹਿੰਦਾ, ਇੰਨਾ ਤਾਂ ਨਿਆਣਿਆਂ ਨੂੰ ਵੀ ਨਹੀਂ ਕਦੀ ਝੂਠੇ ਦਿੱਤੇ ਜਿੰਨਾ ਮੋਬਾਈਲ ਨੂੰ ਝੂਠੇ ਦਿੰਦੇ ਹੋ, ਝੂਠਾ ਚੱਲ ਕੋਠੇ 'ਤੇ, ਚੱਲ ਇੱਧਰ, ਚੱਲ ਕਵਰਾਂ ਵੱਲ ਨੂੰ, ਚੱਲ ਉੱਧਰ ਨੂੰ, ਚੱਲ ਇੱਧਰ ਨੂੰ, ਹੋਰ ਤਾਂ ਮੋਬਾਈਲ ਟੋਲਟ 'ਚ ਵੀ ਨਾਲ ਹੀ ਜਾਂਦਾ ਵਾ, ਇੱਦਾਂ ਹੀ ਹੈ ਨਾ, ਮੋਬਾਈਲ ਬਾਥਰੂਮ 'ਚ ਟੋਲਟ 'ਚ ਵੀ ਨਾਲ ਜਾਂਦਾ, ਕਈ ਤਾਂ ਨਹਾਉਣ ਲੱਗੇ ਵਿਚਾਰੇ ਤਾਂ ਰੱਖਦੇ ਵੀ ਕਿਤੇ ਜੇ ਕੋਈ ਗਲਤ ਫੋਨ ਆ ਗਿਆ ਤਾਂ ਮੇਰੀ ਬੁੱਢੀ ਨਾ ਚੱਕ ਲੈ ਤਾਂ ਸਿਆਪਾ ਪੈ ਜਾਣਾ ਗਲ, ਸੱਚੀ ਗੱਲ ਹੈ ਜੀ, ਵੀ ਅੰਦਰ ਘੁਸਰ ਪੁਸਰ ਤਾਂ ਨਹੀਂ ਚੱਲਣ ਡੀ, ਵੀ ਬੰਦਾ ਹੌਲੀ ਹੌਲੀ ਗੱਲ, ਹੈਲੋ ਕੀ ਕਰਦੀ ਸੀਗੀ, ਘਰ ਵਾਲੀ ਬਾਹਰ ਆ ਤਾਂ ਗੜਬੜ, ਫਿਰ ਨਾਲ ਦਰਵਾਜ਼ੇ 'ਚ ਲੱਤ ਮਾਰਨੀ ਬਾਹਰ ਆ, ਮਜ਼ਾਕ ਕਰਨਾ ਕਿ ਸੱਚੀ ਨਾ ਕਰਨ ਲੱਗ ਪਿਓ ਇਹਦਾ, ਕਿਉਂਕਿ ਉਹਨਾਂ ਲਈ ਪਿਆਰ ਕੀ ਬਣ ਗਿਆ ਸੀ ਉਹਨਾਂ ਦਾ। ਫਿਰ ਜਦੋਂ ਇਸ ਚੀਜ਼ 'ਚ ਫਸੇ ਹੋ ਤਾਂ ਫਿਰ ਮੁੜ ਕੇ ਸਜ਼ਾ ਤਾਂ, ਜਿਹੜੀ ਸੱਚੀ ਗੱਲ ਆ ਜੀ, ਤੁਹਾਨੂੰ ਇਸ ਟਾਈਮ ਮਜ਼ਾਕ ਲੱਗਦਾ ਉੱਪਰ ਇਹ ਸੀਰੀਅਸ ਗੱਲਾਂ ਜੀ, ਬਿਲਕੁਲ ਜਿਹੜੀਆਂ ਸੱਚ ਆ।
ਅੱਜ ਸਾਡੇ ਲਈ ਦੇਵਤੇ ਬਣ ਚੁੱਕੇ ਆ ਸਾਡੀ ਜ਼ਿੰਦਗੀ ਦੇ ਵਿੱਚ, ਪਿਆਰ ਸਾਡਾ ਦੇਵਤਾ ਬਣ ਗਿਆ। ਕਿਉਂ ਮੁੰਡਿਆਂ ਕੁੜੀਆਂ ਨੂੰ ਕੁਛ ਨਜ਼ਰ ਨਹੀਂ ਆਉਂਦਾ, ਆਪਣੀ ਮਾਂ ਨਹੀਂ ਨਜ਼ਰ ਆਉਂਦੀ, ਆਪਣਾ ਪੇ ਨਜ਼ਰ ਨਹੀਂ ਆਉਂਦਾ, ਆਪਣੇ ਭੈਣ ਭਰਾ ਨਜ਼ਰ ਨਹੀਂ ਆਉਂਦੇ, ਕਿਉਂਕਿ ਉਹਨਾਂ ਲਈ ਪਿਆਰ ਉਹਨਾਂ ਦਾ ਕੀ ਬਣ ਗਿਆ? ਫਿਰ ਉਹ ਜਿਹੜੀ ਕੁੜੀ ਰੂਹ ਨਾਲ ਭਰਦੀ ਹੁੰਦੀ ਸੀ, ਉਹ ਧੰਨਵਾਦ ਧੰਨਵਾਦ ਕਰਦੀ, ਰੂਹ ਨਾਲ ਭਰ ਕੇ ਭਜਨ ਗੀਤ ਬੰਦਗੀ ਕਰਦੀ। ਜਦੋਂ ਉਹਨੂੰ ਹੈ ਨਾ ਝੂਠਾ ਪਿਆਰ ਮਿਲ ਜਾਂਦਾ, ਫਿਰ ਉਹ ਬੰਦਗੀ ਵੀ ਨਹੀਂ ਕਰਦੀ, ਫਿਰ ਉਹ ਭਗਤੀ ਵੀ ਨਹੀਂ ਕਰਦੀ, ਫਿਰ ਉਹ ਬਾਈਬਲ ਵੀ ਨਹੀਂ ਪੜ੍ਹਦੀ, ਰੱਬ ਦਾ ਨਾਮ ਵੀ ਨਹੀਂ ਲੈਂਦੀ। ਕਿਉਂ? ਪਿਆਰ ਕੀ ਬਣ ਗਿਆ ਉਹਦੇ ਲਈ? ਉਹ ਜਿਹੜਾ ਵਿਭਚਾਰ ਵਾਲਾ ਪਿਆਰ ਹੈ ਨਾ, ਉਹਦੇ ਲਈ ਕੀ ਬਣ ਗਿਆ? ਸੱਚੀ ਆ ਜਾਂ ਝੂਠੀਆਂ ਇਹ ਗੱਲਾਂ ਬੋਲੋ? ਮੂਸਾ ਦਾ ਭਰਾ ਹਰੂਨ ਲੋਕਾਂ ਦੇ ਕੋਲੋਂ ਚੀਜ਼ਾਂ ਲੈ ਕੇ ਦੇਵਤਾ ਬਣਾ ਕੇ ਦਿੱਤਾ ਉਹਨਾਂ ਨੂੰ, ਤੇ ਤੁਹਾਡੇ ਵਿੱਚੋਂ ਹੀ ਚੀਜ਼ਾਂ ਜਿਹੜੀਆਂ ਨਿਕਲਦੀਆਂ ਨਾ, ਬੁਰੀਆਂ ਸੋਚਾਂ, ਉਹਦਾ ਹੀ ਤੁਹਾਨੂੰ ਕੀ ਬਣਾ ਕੇ ਦੇ ਦੇਣਾ ਵਾ? ਦੇਵਤਾ। ਸ਼ੈਤਾਨ ਨੇ ਉਸ ਚੀਜ਼ ਨੂੰ ਇਸਤੇਮਾਲ ਕਰਨਾ, ਉਹਨੂੰ ਵੱਡੀ ਕਰਕੇ ਦਿਖਾਉਣਾ, ਤੁਹਾਡੀ ਕਮੀ ਨੂੰ ਸ਼ੈਤਾਨ ਨੇ ਜ਼ਾਹਰ ਕਰਕੇ ਵੱਡੀ ਕਰਕੇ ਤੁਹਾਡੇ ਸਾਹਮਣੇ ਰੀਪ੍ਰਜੈਂਟ ਕਰ ਦੇਣਾ ਵੀ ਤੁਹਾਡੇ ਲਈ ਉਹ ਗੋਡ ਆ। ਹਾਲੇਲੂਇਆ। ਮੂਸਾ ਨੂੰ ਆਉਣ ਦੇ ਵਿੱਚ ਦੇਰੀ ਹੋਈ, ਅੱਜ ਜਿਸਮ ਸਿੰਘ ਨੂੰ ਆਉਣ 'ਚ ਥੋੜ੍ਹੀ ਜਿਹੀ ਦੇਰੀ ਹੋ ਗਈ, ਅਤੇ ਸਾਡੇ ਲੋਕਾਂ ਨੇ ਕੀ ਬਣਾ ਲਿਆ? ਆਪਣੇ ਆਪਣੇ ਦੇਵਤੇ। 10 ਕੁਆਰੀਆਂ, 10 ਹੀ ਕੁਆਰੀਆਂ ਪਵਿੱਤਰਤਾ 'ਚ ਚੱਲਦੀਆਂ, ਦੂਲੇ ਨੂੰ ਆਉਣ ਵਿੱਚ, ਪ੍ਰਭੂ ਨੂੰ ਆਉਣ ਵਿੱਚ, ਰਾਜੇ ਨੂੰ ਆਉਣ ਵਿੱਚ ਥੋੜ੍ਹੀ ਜਿਹੀ ਕੀ ਹੋਈ ਆ? ਦੇਰ। ਸੁੱਤੀਆਂ ਕਿੰਨੀਆਂ ਵਾ? 10 ਦੀਆਂ 10 ਹੀ। ਉੱਠੀਆਂ ਕਿੰਨੀਆਂ? ਮੁੱਕਿਆ ਕੀ? ਤੇਲ। ਹਾਲੇਲੂਇਆ, ਹਾਲੇਲੂਇਆ। ਤੇਲ ਜਿਹੜਾ ਸਾਡੇ ਮਸੇ ਨੂੰ, ਸਾਡੀ ਅਨੋਇੰਟਿੰਗ ਨੂੰ ਬਿਆਨ ਕਰਦਾ, ਤੇਲ ਸਾਡੇ ਅੰਦਰ ਖੁਦਾ ਦੀ ਹੋਲੀ ਸਪਿਰਿਟ ਨੂੰ ਬਿਆਨ ਕਰਦਾ, ਜਿਹੜੀ ਮਿਸ਼ਾਲ ਬਲਦੀ ਰਹਿੰਦੀ ਆ। ਤੇ ਉਹ ਰਾਜੇ ਦੇ ਆਉਣ 'ਚ ਥੋੜ੍ਹੀ ਜਿਹੀ ਦੇਰੀ ਹੋਈ ਤਾਂ ਕੀ ਮੁੱਕ ਗਿਆ? ਜੇ ਸੁਣਤੀ ਨੂੰ ਆਉਣ 'ਚ ਥੋੜ੍ਹੀ ਜਿਹੀ ਦੇਰੀ ਹੋਈ ਤਾਂ ਸਾਡਾ ਕੀ ਮੁੱਕ ਜਾਣਾ? ਹਾਲੇਲੂਇਆ। ਉਹ ਯਾਰ ਸਾਰੇ ਪਾਦਰੀ ਇੱਕੋ ਗੱਲ ਸੁਣਾਉਂਦੇ ਰਹਿੰਦੇ, ਜੇ ਸੁਣਸੀ ਆਉਣ ਵਾਲੇ 'ਚ ਆਇਆ, ਦੇਖਿਆ ਕਿਸੇ ਨੇ ਆਉਂਦਾ? ਓਏ ਬਹੁਤ ਜ਼ਿੰਦਗੀ ਪਈ ਆ, ਖਾ ਲਓ ਪੀ ਲਓ ਐਸ਼ ਕਰ ਲਓ, ਇਹਨਾਂ ਨੇ ਡਰਾ ਡਰਾ ਕੇ ਮਾਰ ਦੇਣਾ ਹੀ, ਉਹ ਕੀ ਕਰ ਲਓ ਖਾ ਪੀ ਕੇ। ਸਾਡੇ ਅੰਦਰ ਸਾਡੇ ਕਮੀਆਂ ਸ਼ੈਤਾਨ ਨੇ ਉਹਨੂੰ ਇੱਦਾਂ ਦਾ ਬਣਾ ਦਿੰਦਾ, ਸਾਡੇ ਸਾਹਮਣੇ ਦੇਵਤਾ ਬਣਾ ਕੇ ਖੜਾ ਕਰ ਦਿੰਦਾ, ਜਿੱਥੋਂ ਅਸੀਂ ਹਾਰ ਜਾਂਦੇ ਹਾਂ। ਮੂਸਾ ਦੇ ਸਾਹਮਣੇ, ਉਹਦੇ ਭਰਾ ਦੇ ਸਾਹਮਣੇ ਲੋਕਾਂ ਨੇ ਡਿਮਾਂਡ ਕੀਤੀ ਆ ਹਰੂਨ ਨੂੰ, ਕੀ ਬਣਾ ਦੇ ਸਾਨੂੰ? ਬਣਾ ਕੇ ਦਿੱਤਾ ਜਾਂ ਨਹੀਂ ਦਿੱਤਾ? ਬੋਲੋ। ਹਾਲੇਲੂਇਆ। ਅਬਰਾਹਮ ਆਪਣੇ ਬੇਟੇ ਨੂੰ ਕੀ ਕਰਦਾ ਸੀ? ਬਹੁਤ ਪਿਆਰ ਕਰਦਾ ਸੀ। ਜਦੋਂ ਪਰਮੇਸ਼ਰ ਨੇ ਉਹਦੀ ਪ੍ਰੀਖਿਆ ਲੈਣ ਲੱਗਾ ਤਾਂ ਪ੍ਰਭੂ ਨੇ ਇੱਕ ਗੱਲ ਕਹੀ, ਅਬਰਾਹਮ, ਬੜੀ ਪਰਮੇਸ਼ਰ ਨੇ ਇੱਥੇ ਘਰੋੜ ਕੇ ਗੱਲ ਕਹੀ ਆ, ਤੁਸੀਂ ਪੜ੍ਹਦੇ ਸਿੰਪਲੋਂ, ਆਪਣੇ ਇਕਲੌਤੇ ਪੁੱਤਰ ਨੂੰ ਜੇਨੂੰ ਤੂੰ ਕੀ ਕਰਦਾ? ਬਹੁਤ। ਬਾਈਬਲ 'ਚ ਲਿਖਿਆ ਜੇਨੂੰ ਤੂੰ ਕੀ ਕਰਦਾ? ਬਹੁਤ। ਸਮਝਦੇ ਹੋ? ਜਦੋਂ ਕਿਸੇ ਨੂੰ ਕਹਿ ਦਿੰਦੇ ਨਾ ਟੌਂਚ ਕਰਦੇ ਆ, ਗੱਲ ਕਹਿੰਦੇ ਨਾ ਟੌਂਚ, ਲਗਮੀ ਜੀ ਬੁੜੀ ਕਹਿੰਦੀ, ਇਹਨੇ ਮੇਰਾ ਸੀਨਾ ਹੀ ਲੂਤਾ, ਇਹਨੇ ਗੱਲ ਹੀ ਇੱਦਾਂ ਦੀ ਕਹੀ ਆ। ਪ੍ਰਭੂ ਨੇ ਗੱਲ ਇੱਦਾਂ ਦੀ ਕਹੀ ਆ ਨਾ ਅਬਰਾਹਮ ਨੂੰ, ਇੱਕ ਟੌਂਚ ਕੀਤੀ ਆ ਵੀ ਤੂੰ ਪਹਿਲਾਂ ਬੱਚਾ ਮੰਗਦੇ, ਬੱਚਾ ਦੇ ਤਾ। ਫਿਰ ਪ੍ਰਭੂ ਕਹਿੰਦਾ ਆਪਣੇ ਇਕਲੌਤੇ ਪੁੱਤਰ ਨੂੰ ਜਿਹਨੂੰ ਤੂੰ ਕੀ ਕਰਦਾ? ਬਹੁਤ। ਉਹਨੂੰ ਕੀ ਲੈ ਕੇ ਆ? ਮੇਰੇ ਕੋਲ ਲੈ ਕੇ ਆ ਬਲੀ ਚੜ੍ਹਾਓ ਦੀ। ਕੀ ਚੜ੍ਹਾ ਦੇ ਮੇਰੇ ਕੋਲ ਲਿਆ ਕੇ? ਕਿਉਂਕਿ ਅਬਰਾਹਮ ਭੁੱਲ ਗਿਆ ਸੀ ਪਰਮੇਸ਼ਰ ਨੂੰ। ਇਹ ਗੱਲ ਸੁਣੋ ਧਿਆਨ ਨਾਲ, ਅਬਰਾਹਮ ਦਾ ਜਿਹੜਾ ਪੂਰਾ ਧਿਆਨ ਕਿੱਧਰ ਹੋ ਗਿਆ ਸੀ? ਆਪਣੇ
ਪੁੱਤਰ ਵੱਲ ਹੋ ਗਿਆ, ਪੁੱਤਰ ਨਾਲ ਕਿਕਲੀਆਂ ਪਾਉਂਦਾ, ਇੱਧਰ ਨੂੰ ਇੱਧਰ ਨੂੰ ਖੇਲਦਾ, ਉਹਨੂੰ ਹੂਟੇ ਮਾਟੇ ਕਰਦਾ, ਝੂਟੇ ਦਿੰਦਾ ਉਹਦੇ ਨਾਲ, ਕਦੀ ਉਹਦੇ ਨਾਲ ਕਿਕਲੀਆਂ ਪਾਉਂਦਾ, ਕਦੀ ਕੁਛ ਕਰਦਾ, ਕਦੀ ਕਿਤੇ ਘੁਮਾਉਂਦਾ ਉਹਨੂੰ, ਆਪਣੇ ਮੁੰਡੇ ਨਾਲ ਇੰਨਾ ਬਿਜ਼ੀ ਹੋ ਗਿਆ, ਪ੍ਰਭੂ ਦੀ ਦੁਆ ਪ੍ਰਾਰਥਨਾ ਬੰਗਤੀ ਬੰਦਗੀ ਕਰਨੀ ਛੱਡ ਦਿੱਤੀ, ਭੁੱਲ ਗਿਆ, ਕਿਉਂਕਿ ਉਹ ਪੁੱਤਰ ਦੇ ਚਾਹ ਦੇ ਵਿੱਚ ਹੀ, ਪੁੱਤਰ ਨਾਲ ਹੀ ਇੰਨਾ ਬਿਜ਼ੀ ਹੋ ਗਿਆ। ਇਸ ਲਈ ਪ੍ਰਭੂ ਨੇ ਕਿਹਾ, ਅਬਰਾਹਮ ਅਬਰਾਹਮ, ਆਪਣੇ ਇਕਲੌਤੇ ਪੁੱਤਰ ਨੂੰ ਜਿਹਨੂੰ ਤੂੰ ਕੀ ਕਰਦਾ ਬਹੁਤ। ਜੇ ਅਬਰਾਹਮ ਪਿਆਰ ਪ੍ਰਭੂ ਨੂੰ ਜ਼ਿਆਦਾ ਕਰਦਾ ਹੁੰਦਾ ਤਾਂ ਪ੍ਰਭੂ ਨੇ ਕਦੀ ਵੀ ਬਲੀ ਨਹੀਂ ਸੀ ਮੰਗਣੀ। ਨਸ਼ੇ ਨੂੰ ਪਿਆਰ ਕਰਦਾ ਪ੍ਰਭੂ ਨੇ ਕਹਿਣਾ ਨਸ਼ਾ ਛੱਡ ਦੇ ਮੇਰੇ ਲਈ। ਪੈਸੇ ਨੂੰ ਪਿਆਰ ਕਰਦੇ ਤਾਂ ਪ੍ਰਭੂ ਨੇ ਕਹਿਣਾ ਪੈਸਾ, ਇਹ ਗਲਤ ਗੱਲ ਹੈ ਪਾਸਟਰ ਜੀ, ਮੇਰੀ ਬੁੱਢੀ ਤਾਂ ਨਾਗ ਨਾਗੂ ਉੱਤੇ ਕੁੰਡਲੀ ਮਾਰ ਕੇ ਬੈਠੀ ਆ ਪੈਸੇ ਉੱਤੇ, ਪੈਸਾ ਕਿੱਥੋਂ ਛੱਡ ਦਈਏ। ਹਾਲੇਲੂਇਆ, ਜੇ ਤਾਂ ਪ੍ਰਭੂ ਨੂੰ ਪਿਆਰ ਕਰਦੇ ਨਾ ਸੰਸਾਰ ਛੱਡਣਾ ਪੈਣਾ ਵਾ, ਸੰਸਾਰ ਦੇ ਗੋਡ ਛੱਡਣੇ ਪੈਣੇ ਆ ਜੇ ਪ੍ਰਭੂ ਨੂੰ ਪਿਆਰ ਕਰਦੇ ਹਾਂ। ਹਾਲੇਲੂਇਆ। ਅਬਰਾਹਮ ਜਦੋਂ ਉਹਨੇ ਪਤਾ ਲੱਗਾ ਵੀ ਪਰਮੇਸ਼ਰ ਨੇ ਮੈਨੂੰ ਆਹ ਗੱਲ ਕਹੀ ਆ, ਉਹ ਅੰਦਰ ਉਦਾਸ ਹੋਇਆ ਸੀ, ਬੱਚੇ ਵਾਸਤੇ ਨਹੀਂ ਆਪਣੇ ਲਈ, ਵੀ ਯਾਰ ਮੈਂ ਪਰਮੇਸ਼ਵਰ ਦੇ ਸਾਹਮਣੇ ਆਪਣੇ ਬੱਚੇ ਨੂੰ ਇੰਨਾ ਪਿਆਰ ਕਰਨ ਲੱਗ ਪਈ, ਪਰਮੇਸ਼ਰ ਨੂੰ ਭੁੱਲ ਗਿਆ। ਉਹਨੇ ਫੈਸਲਾ ਕੀਤਾ ਵੀ ਮੈਂ ਆਪਣੀ ਘਰਵਾਲੀ ਨੂੰ ਵੀ ਆਪਣੀ ਗਲਤੀ ਨੂੰ ਸੁਧਾਰਨਾ, ਆਪਣੀ ਗਲਤੀ ਨੂੰ ਸੁਧਾਰਨਾ ਵਾ। ਇਹ ਬਾਈਬਲ 'ਚ ਨਹੀਂ ਲਿਖਿਆ, ਪਰ ਇਹ ਕੰਡੀਸ਼ਨ ਆ ਜਦੋਂ ਆਪਾਂ ਪੜ੍ਹਦੇ ਹਾਂ, ਜਦੋਂ ਸੁਣਦੇ ਹਾਂ ਉਸ ਹਿਸਟਰੀ ਨੂੰ ਚੈੱਕ ਕਰਦੇ ਹਾਂ। ਭਾਈ ਸ਼ਿੰਦਾ ਸਾਹਿਬ ਜੀ ਬੋਲੋ ਹਾਲੇਲੂਇਆ ਉੱਚੀ ਵਾਈ ਨਾਲ, ਵੀ ਇਹ ਕੰਡੀਸ਼ਨ ਆ। ਇੱਕ ਜਦੋਂ ਆਪਾਂ ਸਟੋਰੀ ਪੜ੍ਹਦੇ ਹਾਂ ਉਹਦੇ ਵਿੱਚ ਕੁਝ ਇਮੈਜੀਨੇਸ਼ਨ ਆਪਾਂ ਕਰਦੇ ਹਾਂ, ਮੇਰੀ ਸੋਚ ਦੇ ਅਨੁਸਾਰ ਵੀ ਅਬਰਾਹਮ ਲੈ ਕੇ ਬੈਠਾ ਹੋਊਗਾ, ਸੋਚਦਾ ਹੋਊਗਾ ਯਾਰ ਪ੍ਰਭੂ ਨੇ ਇਹ ਮੈਨੂੰ ਗੱਲ ਕਹੀ ਆ, ਮੇਰੇ 'ਚ ਕਿਤੇ ਕਮੀ ਆਈ ਆ, ਮੇਰੇ 'ਚ ਕਮੀ ਇਹ ਵੀ ਮੈਂ ਬੱਚੇ ਨਾਲ ਜ਼ਿਆਦਾ ਟਾਈਮ ਸਪੈਂਡ ਕਰਦਾ ਪਰਮੇਸ਼ਵਰ ਨਾਲ, ਘੱਟ ਟਾਈਮ ਸਪੈਂਡ ਕਰਦਾ, ਇਸ ਲਈ ਪਰਮੇਸ਼ਵਰ ਮੈਨੂੰ ਇਹ ਗੱਲ ਕਹੀ। ਪਰ ਅੱਜ ਮੈਂ ਪ੍ਰਭੂ ਨੂੰ ਸਾਬਤ ਕਰਨਾ ਵੀ ਪ੍ਰਭੂ ਜੀ ਮੈਂ ਬੱਚੇ ਨੂੰ ਨਹੀਂ ਤੈਨੂੰ ਪਿਆਰ ਕਰਦਾ ਵਾਂ। ਹਾਲੇਲੂਇਆ ਹਾਲੇਲੂਇਆ ਹਾਲੇਲੂਇਆ। ਫਿਰ ਪਰਮੇਸ਼ਵਰ ਦੇ ਸਾਹਮਣੇ ਆਪਣੇ ਬੱਚੇ ਨੂੰ ਲੈ ਕੇ ਗਿਆ ਦਿਖਾਉਣ ਲਈ ਵੀ ਮੇਰਾ ਤੂੰ ਪਰਮੇਸ਼ਵਰ ਆ ਪ੍ਰਭੂ ਜੀ, ਇਹ ਬੱਚਾ ਮੇਰੇ ਲਈ ਪਰਮੇਸ਼ਵਰ, ਮੇਰੇ ਲਈ ਪਰਮੇਸ਼ਵਰ ਕੌਣ ਆ, ਤੂੰ ਆ ਪ੍ਰਭੂ ਜੀ, ਤੁਸੀਂ ਮੇਰੇ ਪਰਮੇਸ਼ਵਰ ਹੋ। ਜਦੋਂ ਮਾਰਨ ਲੱਗਾ ਛੁਰੀ ਤਾਂ ਫਰਿਸ਼ਤੇ ਨੇ ਆ ਕੇ ਕੀ ਫੜ ਲਿਆ, ਉਹਦਾ ਹੱਥ ਫੜ ਲਿਆ, ਛੁਰੀ ਫੜ ਲਈ ਤਾਂ ਕੀ ਆਵਾਜ਼ ਆਈ ਆ, ਬੋਲੋ 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 ਬੋਲੋ, ਅਬਰਾਹਮ ਅਬਰਾਹਮ, ਇਸ ਬੱਚੇ ਨੂੰ ਹੱਥ, ਕਿਉਂਕਿ ਮੈਂ ਜਾਣ ਗਿਆ ਕਿ ਤੂੰ ਮੈਨੂੰ। ਹਾਲੇਲੂਇਆ ਹਾਲੇਲੂਇਆ ਹਾਲੇਲੂਇਆ। ਪਰਮੇਸ਼ਵਰ ਜਾਣ ਗਿਆ ਵੀ ਮੇਰੇ ਤੋਂ ਛੁੱਟ ਤੇਰੇ ਲਈ ਹੋਰ ਪਰਮੇਸ਼ਵਰ ਨਹੀਂ ਆ। ਪ੍ਰਭੂ ਤੁਹਾਨੂੰ ਕਹੇ ਵੀ ਆਪਣਾ ਫੋਨ 10 ਦਿਨ ਲਈ ਬੰਦ ਕਰਨਾ, ਜਾਓ ਪਾਸਟਰ ਜੀ ਮੇਰਾ ਤਾਂ ਕੰਮ ਹੀ ਤੇਰਾ ਫੋਨ 'ਤੇ ਆ, ਲੋਕ ਇੱਕ ਬੁੱਢੀ ਸਾਹਮਣੇ ਮੈਂ ਚਾਰ ਸਾਹਮਣਾ ਫੋਨ 'ਤੇ, ਇੱਦਾਂ ਦੀ ਗੱਲਬਾਤ ਨਹੀਂ ਸਾਹਿਬ, ਨਾ ਕਰਿਆ ਕਰੋ ਮਜ਼ਾਕ, ਕਰ ਸਕਦੇ ਹੋ ਬੰਦ? ਯੈਸ, 10 ਦਿਨ ਲਈ ਫੋਨ ਬੰਦ ਕਰ ਸਕਦੇ ਹੋ? ਪ੍ਰਭੂ ਜੀ ਆ ਜਾਵੇ ਤੁਹਾਨੂੰ ਕਹਿਣ, ਕਾਕਾ 10 ਦਿਨ ਫੋਨ ਬੰਦ ਕਰ, ਬਟੂਆ ਜੇਬ 'ਚੋਂ ਬਾਹਰ ਕੱਢ, ਆਪਣੇ ਕਮਰੇ 'ਚ ਜਾ, ਲੌਕ ਲਾ, 10 ਦਿਨ ਕਮਰੇ 'ਚੋਂ ਬਾਹਰ ਨਹੀਂ ਆਉਣਾ, ਮੇਰੇ ਨਾਲ ਹੀ ਗੱਲ ਕਰ, ਕਰ ਸਕਦੇ ਹੋ? ਯੈਸ। ਉਹ ਉੱਦਾਂ ਹੀ ਜੈਸ ਜੈਸ ਕਰੀ ਜਾਂਦੇ ਹੋ, ਸੱਚ ਦੱਸੋ
ਇੱਕ ਦਿਨ ਤਾਂ ਬੜਾ ਚਾਨਣਾ ਹੈ ਉਹ ਇੰਨੀ ਅਨੋਇੰਟਿੰਗ ਉਹ ਹੋਏ ਹੋਏ ਦੋ ਦਿਨ ਵੀ ਥੋੜ੍ਹਾ ਜਿਹਾ ਵਧੀਆ ਠੀਕ ਹੈ ਠੀਕ ਆ ਤਿੰਨ ਦਿਨ ਠੀਕ ਆ ਚਾਰ ਦਿਨ ਠੀਕ ਆ ਹੁਣ ਬਸ ਘਰ ਠੀਕ ਆ ਘਰ ਵਾਲੀ ਅੰਦਰ ਬਾਹਰ ਬੂਹਾ ਖੜਕਾ ਕੇ ਪੁੱਛਦੀ ਹੋਣੀ ਆ ਬੁੱਗੇ ਅੰਦਰ ਹੈਗੇ ਆ ਉਹ ਬਸ ਘਰ ਤੰਗ ਕੀਤਾ ਹੋਇਆ ਤੂੰ ਮੈਨੂੰ ਤਿੰਨ ਚਾਰ ਦਿਨ ਤਾਂ ਸੌਖੇ ਲੰਘ ਜਾਣੇ ਆ ਜਿਹੜੇ ਸੱਤ ਦਿਨ ਨਾ ਛੇ ਦਿਨ ਆ ਇਹ ਬੜੇ ਔਖੇ ਲੰਘਣੇ ਆ ਅਤੇ ਇਹਨਾਂ ਸੱਤਾਂ ਛੇਆਂ ਦਿਨਾਂ ਵਿੱਚ ਹੀ ਪਰਮੇਸ਼ਵਰ ਨੇ ਤੁਹਾਨੂੰ ਆਪਣੇ ਮਸੇ ਨਾਲ ਭਰਨਾ ਵਾ ਆਮੇਨ ਹਾਲੇਲੂਇਆ ਬੇਟਾ ਗੌਰਵ ਇਹ ਗੌਰਵ ਦੀ ਸ਼ੌਪ ਆ ਬੱਸ ਸਟੈਂਡ ਦੇ ਉੱਤੇ ਮਲਹੋਤਰਾ ਟੈਲੀਕੋਮ ਇਹਨਾਂ ਦੀ ਸ਼ੌਪ ਆ ਪਰ ਐਤਵਾਰ ਦੇ ਦਿਨ ਇਹ ਬੰਦ ਕਰਕੇ ਇੱਥੇ ਆਉਂਦੇ ਆ ਬੱਸ ਸਟੈਂਡ ਦੇ ਉੱਤੇ ਬਿਲਕੁਲ ਸਾਹਮਣੇ ਬੱਸ ਸਟੈਂਡ ਦੇ ਸਾਹਮਣੇ ਸ਼ੌਪ ਆ ਮਲਹੋਤਰਾ ਟੈਲੀਕੋਮ ਸੰਡੇ ਨੂੰ ਬੰਦ ਕਰਕੇ ਆਉਂਦੇ ਆ ਕਿਉਂ ਇਹਨਾਂ ਨੂੰ ਪਤਾ ਵੀ ਯਾਰ ਇਹ ਕੰਮ ਤਾਂ ਮੈਂ ਛੇ ਦਿਨ ਕਰਦਾ ਹੀ ਹਾਂ ਵੀ ਪੈਸੇ ਨਾਲ ਕਦੀ ਬੰਦਾ ਰੱਜਦਾ ਪੈਸੇ ਨਾਲ ਕਦੀ ਬੰਦਾ ਰੱਜਦਾ ਜਿੰਨਾ ਜ਼ਿਆਦਾ ਬੰਦੇ ਤੋਂ ਪੈਸਾ ਆਊਗਾ ਉਹਦੀ ਭੁੱਖ ਉਨੀ ਹੀ ਵੱਧਦੀ ਜਾਊਗੀ ਭੁੱਖ ਵੱਧਦੀ ਆ ਜਿਸ ਤੋਂ ਪੈਸਾ ਜ਼ਿਆਦਾ ਹੋਊ ਉਹਦੀ ਭੁੱਖ ਵੀ ਜ਼ਿਆਦਾ ਹੋਊਗੀ ਪੈਸੇ ਦੀ ਪਰ ਉਹ ਕਹਿੰਦਾ ਨਾ ਦੁਕਾਨ ਬੰਦ ਕਰਕੇ ਖੁਦਾ ਦੀ ਹਜ਼ੂਰੀ 'ਚ ਜਾਣਾ ਜਦੋਂ ਪ੍ਰਭੂ ਦੀ ਹਜ਼ੂਰੀ ਜਾ ਕੇ ਇੱਥੇ ਟਾਈਮ ਪਰਮੇਸ਼ਵਰ ਨੂੰ ਦਊਗਾ ਖੁਦਾ ਦੇ ਬੰਦਗੀ ਵਿੱਚ ਬੈਠੂਗਾ ਪਰਮੇਸ਼ਵਰ ਬਲੈਸ ਨਹੀਂ ਕਰੂਗਾ ਕਿਉਂਕਿ ਇਹਨੇ ਪਹਿਲਾ ਸਥਾਨ ਕਿਹਨੂੰ ਦਿੱਤਾ ਆਪਣੇ ਜੀਵਨ 'ਚ ਕਿੱਦਾਂ ਨਾ ਪਰਮੇਸ਼ਵਰ ਦੀਆਂ ਲੋੜਾਂ ਪੂਰੀਆਂ ਕਰੂਗਾ ਹੁਣ ਸਿਰਸੇ ਤੋਂ ਚੱਲ ਕੇ ਆਉਂਦੇ ਨੇ ਭਾਈ ਸਾਹਿਬ ਚੱਲ ਕੇ ਆਉਂਦੇ ਨੇ ਇਹ ਪਿੱਕੀ ਦਿੰਦੇ ਨੇ ਪਰਮੇਸ਼ਵਰ ਨੂੰ ਪਹਿਲਾ ਸਥਾਨ ਦਿੰਦੇ ਸਫ਼ਰ ਨਹੀਂ ਦੇਖਦੇ ਵੀ ਚਾਰ ਘੰਟੇ ਲੱਗਦੇ ਯਾਰ ਜਾਣੂ ਪੰਜ ਘੰਟੇ ਲੱਗਦੇ ਆ ਵੀ ਇੱਧਰ ਦੌੜੇ ਜਾਈਦਾ ਵਾ ਉੱਧਰ ਵੀ ਦੌੜੇ ਆਉਂਦੇ ਆ ਵੀ ਥੱਕ ਜਾਈਦਾ ਇਹ ਸਰੀਰ ਦੀ ਥਕਾਨ ਨਹੀਂ ਦੇਖਦੇ ਟਾਈਮ ਨਹੀਂ ਦੇਖਦੇ ਇਹ ਪਰਮੇਸ਼ਵਰ ਵੱਲ ਦੇਖਦੇ ਆ ਹਾਲੇਲੂਇਆ ਹਾਲੇਲੂਇਆ ਜਦੋਂ ਤੁਸੀਂ ਸਮਾਂ ਪਰਮੇਸ਼ਵਰ ਨੂੰ ਦਊਂਗੇ ਜਿਹੜਾ ਸਮਾਂ ਤੁਹਾਡੇ ਲਈ ਦੇਵਤਾ ਬਣ ਚੁੱਕਾ ਅੱਜ ਕਿਸੇ ਨੂੰ ਪੁੱਛੋ ਟਾਈਮ ਹੈਗਾ ਮੇਰੇ ਤੋਂ ਟਾਈਮ ਹੈ ਨਹੀਂ ਮੈਂ ਬਹੁਤ ਬਿਜ਼ੀ ਹਾਂ ਮੇਰੀ ਜ਼ਿੰਦਗੀ 'ਚ ਕੋਈ ਸਮਾਂ ਨਹੀਂ ਆ ਮੈਂ ਬਿਜ਼ੀ 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 ਉਹਨਾਂ ਦਾ ਸਮਾਂ ਦੇਵਤਾ ਬਣ ਗਿਆ ਪਰ ਜਦੋਂ ਸਮੇਂ ਨੂੰ ਕੱਢ ਕੇ ਪਰਮੇਸ਼ਵਰ ਨੂੰ ਦੇਣਗੇ ਤਾਂ ਪਰਮੇਸ਼ਵਰ ਉਹਨਾਂ ਦੇ ਸਮੇਂ ਨੂੰ ਬਲੈਸ ਕਰੂਗਾ ਹਾਲੇਲੂਇਆ ਅੱਜ ਪਹਿਲ ਪਰਮੇਸ਼ਵਰ ਨੂੰ ਦਿਓ ਉਹਨਾਂ ਲੋਕਾਂ ਨੇ ਦੇਖਿਆ ਵੀ ਮੂਸਾ ਨੂੰ ਆਉਣ ਵਿੱਚ ਕੀ ਆ ਥੋੜ੍ਹੀ ਜੀ ਕੀ ਬਣਾ ਲਏ ਥੱਲੇ ਅੱਜ ਤੁਹਾਨੂੰ ਵੀ ਪਤਾ ਵੀ ਯਿਸੂ ਮਸੀਹ ਨੂੰ ਕੀ ਬਣਾ ਲਿਆ ਆਪਣੇ ਆਪਣੇ ਲਈ ਕਿਸੇ ਨੇ ਪੈਸੇ ਦਾ ਦੇਵਤਾ ਬਣਾ ਲਿਆ ਕਿਸੇ ਨੇ ਮੋਬਾਈਲ ਦੇਵਤਾ ਬਣਾ ਲਿਆ ਕਿਹੜਾ ਦੇਵਤਾ ਮੋਬਾਈਲ ਦੇਵਤਾ ਬੋਲੋ ਕਿਹੜਾ ਦੇਵਤਾ ਜੀ ਮੋਬਾਈਲ ਦੇਵਤਾ ਕਿਸੇ ਲਈ ਮੋਬਾਈਲ ਦੇਵਤਾ ਬਣ ਚੁੱਕਾ ਕਿਸੇ ਲਈ ਨਸ਼ਾ ਦੇਵਤਾ ਕਿਸੇ ਲਈ ਪੈਸਾ ਦੇਵਤਾ ਕਿਸੇ ਲਈ ਝੂਠ ਦੇਵਤਾ ਕਿਸੇ ਲਈ ਵਿਚਾਰ ਦੇਵਤਾ ਇਹ ਚੀਜ਼ਾਂ ਸਾਡੇ ਅੰਦਰ ਜਿਹੜੀਆਂ ਨਾ ਇਹ ਪਰਮੇਸ਼ਵਰ ਨੂੰ ਸਾਡੇ ਤੋਂ ਦੂਰ ਕਰ ਦਿੰਦੀਆਂ ਫਿਰ ਮੂਸਾ ਜਦੋਂ ਆਇਆ ਉਹਨੇ ਫੱਟੀਆਂ ਵਗਾ ਕੇ ਮਾਰੀਆਂ ਉਹਨੇ ਕੀ ਕੀਤਾ ਫੱਟੀਆਂ ਵਗਾ ਜਿਹੜੇ 40 ਦਿਨ ਉੱਪਰ ਲਾ ਕੇ ਆਇਆ ਲਿਖੀਆਂ ਕਿੰਨੀ ਸਮਰਥ ਨਾਲ ਭਰਿਆ ਹੋਇਆ ਉਹ ਕਲਾਮ ਫੱਟੀਆਂ ਜਦੋਂ ਆ ਕੇ ਥੱਲੇ ਵੇਖਿਆ ਉਹਨੇ ਕੀ ਕੀਤਾ ਫੱਟੀਆਂ ਵਗਾ ਕੇ ਮਾਰੀਆਂ ਕਿੰਨਾ ਕ੍ਰੋਧਿਤ ਹੋਇਆ ਉਹ ਕਿੰਨਾ ਦੁਖੀ ਹੋਇਆ ਫਿਰ ਹਰੂਨ ਨੂੰ ਬੁਲਾਇਆ ਹਰੂਨ ਨੂੰ ਵੀ ਉਹਨੇ ਝਿੜਕਿਆ ਹਰੂਨ ਨੂੰ ਦਬਕਾ ਮਾਰਨ ਤੋਂ ਬਾਅਦ ਫਿਰ ਉਹਨੇ ਲੋਕਾਂ ਨੂੰ ਮਾਰਿਆ ਕਹਿੰਦਾ ਜਿਹੜੇ ਪਰਮੇਸ਼ਵਰ ਵੱਲ ਆ ਮੇਰੇ ਵੱਲ ਇੱਧਰ ਹੋ ਜਾਓ ਜਿਹੜੇ ਆ ਕੱਟੇ ਵਛੇ ਵਾਲੇ ਆ ਉਹ ਕੀ ਹੋ ਜਾਓ ਇੱਕ ਪਾਸੇ ਹੋ ਜਾਓ ਫਿਰ ਜਦੋਂ ਇੰਨੀ ਉਹਨੇ ਗੱਲ ਕੀਤੀ ਤਾਂ ਉੱਥੇ ਕਿਹਾ ਉਹਨੇ ਫਿਰ ਤਲਵਾਰ ਚੱਕ ਲਓ ਕਹਿੰਦਾ ਵੀ ਇੱਧਰ ਨੂੰ ਵੱਟਦੇ ਤੁਰੇ ਜਾਣਾ
ਤਲਵਾਰਾਂ ਲੋਕਾਂ ਨੇ ਚੱਕੀਆਂ ਤਾਂ ਆਪਣੇ ਜਿਹੜੇ ਉਹਨਾਂ ਦੇ ਭੈਣ ਭਰਾ ਹੋਣਗੇ, ਮੰਨ ਲਓ ਮੂਹਰੇ ਪੋਤੀ ਖੜਾ ਹੋਊਗਾ, ਉਹਨੂੰ ਵੀ ਕੀ ਕਰ ਦਿੱਤਾ ਉਹਨੇ? ਪਰਮੇਸ਼ੁਰ ਕਿਸੇ ਦਾ ਫਿਰ ਪੱਖਪਾਤ ਜਦੋਂ ਅਸੀਂ ਖੁਦਾ ਦੇ ਖਿਲਾਫ ਖੜੇ ਹੁੰਦੇ ਹਾਂ, ਅਤੇ ਪਰਮੇਸ਼ੁਰ ਨੂੰ ਸਭ ਤੋਂ ਜ਼ਿਆਦਾ ਘਿਣਨਾ ਇਸ ਗੱਲ ਤੋਂ ਆ ਵੀ ਜਦੋਂ ਅਸੀਂ ਯਿਸੂ ਮਸੀਹ ਨੂੰ ਛੱਡ ਕੇ, ਪਰਮੇਸ਼ੁਰ ਨੂੰ ਛੱਡ ਕੇ ਕੋਈ ਹੋਰ ਦੇਵਤਾ ਬਣਾ ਲੈਂਦੇ ਹਾਂ। ਦੇਵਤੇ ਤੋਂ ਭਾਵ ਮੈਨੂੰ ਦੁਨੀਆ ਦੇ ਪਰਮੇਸ਼ੁਰਾਂ ਨਾਲ, ਗੋਡ ਨਾਲ ਕੋਈ ਲੈਣਾ ਦੇਣਾ ਨਹੀਂ, ਉਹਨਾਂ ਦੇ ਗੋਡ ਆ, ਮੰਨਦੇ ਆ ਉਹ। ਮੈਂ ਗੋਡ ਦੀ ਗੱਲ ਕਰ ਰਿਹਾ, ਕਈਆਂ ਲਈ ਪੈਸਾ ਕੀ ਬਣ ਗਿਆ ਵਾ? ਦੇਵਤਾ ਬਣਿਆ ਹੋਇਆ ਪੈਸੇ ਨੂੰ ਪੂਜਣ ਡੇ ਨੇ ਅੱਜ। ਕਈ ਲਾਲਚੀ ਬਣੇ ਹੋਏ ਨੇ, ਲਾਲਚ ਦੇਵਤਾ, ਝੂਠ ਦੇਵਤਾ, ਵਿਭਚਾਰ ਦੇਵਤਾ ਬਣਿਆ ਹੋਇਆ ਏ। ਇਹ ਇਹਨਾਂ ਚੀਜ਼ਾਂ ਵਿੱਚ ਫਸੇ ਹੋਏ ਹਾਂ ਅਸੀਂ। ਕਈਆਂ ਨੇ ਆਪਣੇ ਕੰਮ ਨੂੰ ਆਪਣਾ ਦੇਵਤਾ ਬਣਾ ਲਿਆ। ਮੈਂ ਕੰਮ ਤੋਂ ਬਿਨਾਂ ਰਹਿ ਨਹੀਂ ਸਕਦਾ, ਮੇਰਾ ਕੰਮ ਜ਼ਰੂਰੀ ਆ, ਬੰਦਗੀ ਜ਼ਰੂਰੀ ਨਹੀਂ, ਪੈਸਾ ਜ਼ਰੂਰੀ ਨਹੀਂ, ਮੈਨੂੰ ਮੇਰਾ ਕੰਮ। ਯਾਰ ਕੰਮ ਹੁੰਦੇ ਰਹਿਣੇ ਆ, ਪਰਮੇਸ਼ਵਰ ਦਾ ਕੰਮ ਜ਼ਰੂਰੀ ਆ, ਖੁਦਾ ਦਾ ਨਾਮ ਜ਼ਰੂਰੀ ਆ। ਹਾਲੇਲੂਇਆ। ਜਿਹਨਾਂ ਨੇ ਆਪਣੇ ਜੀਵਨ ਦੇ ਅੰਦਰ ਸੱਚਮੁੱਚ ਇਸ ਕਲਾਮ ਨੂੰ ਸੁਣ ਕੇ ਵੀ ਲੱਗਾ ਤੁਹਾਨੂੰ ਵੀ ਮੇਰੇ ਅੰਦਰ ਵਾਕਿਆ ਵੀ ਆ ਦੇਵਤਾ ਵਾ, ਪੈਸੇ ਵਾਲਾ, ਨਸ਼ੇ ਵਾਲਾ, ਪਿਆਰ ਵਾਲਾ, ਝੂਠੇ ਪਿਆਰ ਵਾਲਾ, ਉਹ ਖੜ੍ਹੇ ਹੋ ਸਕਦੇ, ਉਹਨਾਂ ਲਈ ਮੈਂ ਦੁਆ ਕਰੂੰਗਾ ਅੱਜ ਵੀ ਪਰਮੇਸ਼ੁਰ ਉਹਨਾਂ ਦੇ ਜੀਵਨ ਨੂੰ ਬਦਲੂਗਾ। ਜਿਹਨਾਂ ਦੇ ਅੰਦਰ ਕੰਮ ਵਾਲਾ ਦੇਵਤਾ, ਵਿਭਚਾਰ ਵਾਲਾ ਦੇਵਤਾ, ਸ਼ਰਾਬ ਵਾਲਾ ਦੇਵਤਾ, ਹੋਰ ਇੱਦਾਂ ਦੇ ਕਈ ਪ੍ਰਕਾਰ ਦੀਆਂ ਜਿਹੜੀਆਂ ਸੋਚਾਂ ਉਹਨਾਂ ਨੂੰ ਪਰਮੇਸ਼ੁਰ ਤੋਂ ਦੂਰ ਲਿਜਾ ਚੁੱਕੀਆਂ, ਜਿਹੜੇ ਉਹਨਾਂ ਲਈ ਉਹ ਸਭ ਤੋਂ ਪਹਿਲੇ ਚੀਜ਼ਾਂ ਬਣੀਆਂ ਹੋਈਆਂ ਨੇ। ਆਪਣੀ ਜਗ੍ਹਾ 'ਤੇ ਖੜ੍ਹੇ ਹੋ ਸਕਦੇ ਹੋ। ਧੰਨਵਾਦ। ਧੰਨਵਾਦ ਹੋ ਖੁਦਾਵੰਦ ਯਹੋਵਾ ਪਰਮੇਸ਼ੁਰ। ਡਿੱਗਣ ਤੋਂ ਪਹਿਲਾਂ ਹੀ ਆਪਾਂ ਸੰਭਲ ਜਾਈਏ ਤਾਂ ਉਹ ਸਮਝਦਾਰ ਆ। ਇਹ ਲੋਕ ਉਹ ਖੜ੍ਹੇ ਨੇ ਜਿਨ੍ਹਾਂ ਨੇ ਆਪਣੇ ਮਨ ਵਿੱਚ ਕੋਈ ਨਾ ਕੋਈ ਦੇਵਤਾ ਬਣਾ ਲਿਆ ਸੀ। ਕਈਆਂ ਨੇ ਪੈਸੇ ਨੂੰ, ਝੂਠ ਨੂੰ, ਹੋਰ ਕਈ ਤਰ੍ਹਾਂ ਦੇ ਕੰਮ ਹੋਣਗੇ, ਇਹ ਤੁਸੀਂ ਜਾਣਦੇ ਹੋ ਔਰ ਪਰਮੇਸ਼ੁਰ ਜਾਣਦਾ ਹੈ। ਪਰ ਜਦੋਂ ਤੁਸੀਂ ਅੱਜ ਇਸ ਚੀਜ਼ ਨੂੰ ਆਪਣੇ ਮਨ ਦੇ ਵਿੱਚੋਂ ਕੱਢੂਗੇ ਤਾਂ ਪਰਮੇਸ਼ੁਰ ਕਿੱਦਾਂ ਨਾ ਤੁਹਾਡੇ ਦਿਲ ਦੇ ਵਿੱਚ ਆਵੇਗਾ, ਪਰਮੇਸ਼ੁਰ ਕਿੱਦਾਂ ਨਾ ਤੁਹਾਡੇ ਜੀਵਨ ਦੇ ਵਿੱਚ ਆਵੇਗਾ। ਕਿਉਂਕਿ ਪਰਮੇਸ਼ੁਰ ਕਹਿੰਦਾ ਮੈਂ ਤਾਂ ਤੇਰੇ ਕੋਲ ਆਉਣ ਨੂੰ ਤਿਆਰ ਹਾਂ, ਪਰ ਤੇਰੇ ਔਰ ਮੇਰੇ ਵਿੱਚ ਇੱਕ ਕੀ ਬਣੀ ਹੋਈ ਆ? ਦੀਵਾਰ ਬਣੀ ਹੋਈ ਆ। ਉਹ ਦੀਵਾਰ ਨੂੰ ਢਾਉਣਾ ਵਾ। ਜੇ ਅੱਜ ਤੁਹਾਡੇ ਮਨਾਂ ਦੇ ਅੰਦਰ ਕੋਈ ਇੱਦਾਂ ਦੀ ਦੇਵਤੇ ਵਾਲੀ ਚੀਜ਼ ਆ, ਦੁਨੀਆ ਦਾ ਗੋਡ ਆ ਜਿਹੜਾ ਬਣਿਆ ਹੋਇਆ ਤੁਹਾਡੇ ਅੰਦਰ, ਪੈਸੇ ਦਾ ਲਾਲਚ ਦਾ ਗੋਡ, ਨਸ਼ੇ ਦਾ ਗੋਡ, ਮੋਬਾਈਲ ਦਾ ਗੋਡ ਆ ਜਿਹੜਾ, ਮੋਬਾਈਲ ਤੋਂ ਬਿਨਾਂ ਅਸੀਂ ਰਹਿੰਦੇ ਨਹੀਂ ਹਾਂ, ਵੀ ਬੰਦਗੀ ਭਾਵੇਂ ਅਸੀਂ ਕਰੀਏ ਨਾ ਕਰੀਏ, ਬਾਈਬਲ ਪੜ੍ਹੀਏ ਨਾ, ਦੁਆ ਕਰੀਏ ਨਾ, ਪਰ ਮੋਬਾਈਲ ਅਸੀਂ ਚਾਰ ਚਾਰ ਘੰਟੇ ਬਣਾਉਂਦੇ, ਤੁਹਾਡੇ ਲਈ ਪਹਿਲਾ ਸਥਾਨ ਮੋਬਾਈਲ ਨੂੰ ਦਿੱਤਾ ਹੋਇਆ। ਅੱਜ ਪਰਮੇਸ਼ੁਰ ਸਾਹਮਣੇ ਜੇ ਤੁਸੀਂ ਖੜ੍ਹੇ ਹੋ ਤਾਂ ਪਹਿਲਾ ਸਥਾਨ ਅੱਜ ਪਰਮੇਸ਼ੁਰ ਨੂੰ ਤੁਸੀਂ ਦਊਂਗੇ ਆਪਣੇ ਜੀਵਨ 'ਚ। ਧੰਨਵਾਦ ਯੀਸ਼ੂ, ਧੰਨਵਾਦ ਯੀਸ਼ੂ, ਹਾਲੇਲੂਇਆ। ਦੁਆ ਕਰਾਂਗਾ, ਜਿੰਨੇ ਆਨਲਾਈਨ ਵੀ ਦੇਖ ਰਹੇ, ਜਿਹੜੇ ਭਾਈ ਭੈਣ ਖੜ੍ਹੇ, ਸਭ ਜਣਾ ਉੱਠੋ, ਦੁਆ ਕਰਾਂਗੇ। ਜ਼ਮੀਨ ਅਸਮਾਨ ਦੇ ਮਾਲਿਕ ਯਹੋਵਾ ਪਰਮੇਸ਼ਵਰ, ਮੈਂ ਤੁਹਾਡਾ ਧੰਨਵਾਦ ਕਰਦਾ ਖੁਦਾਵੰਦ ਜੀ ਅੱਜ ਦੇ ਕਲਾਮ ਦੇ ਲਈ। ਸੱਚਮੁੱਚ ਤੁਸੀਂ ਜਲਦ ਆਉਣ ਵਾਲੇ ਹੋ ਪ੍ਰਭੂ ਜੀ, ਪਰ ਤੁਹਾਡੇ ਆਉਣ ਤੋਂ ਪਹਿਲਾਂ ਸ਼ੈਤਾਨ ਨੇ ਇਹਨਾਂ ਦੇ ਮਨਾਂ ਦੇ ਅੰਦਰੋਂ ਦੇਵਤੇ ਕ੍ਰੀਏਟ ਕਰ ਦਿੱਤੇ ਨੇ, ਜਿਹਦੀ ਵਜ੍ਹਾ ਨਾਲ ਪ੍ਰਭੂ ਜੀ ਇਹ ਤੁਹਾਨੂੰ ਛੱਡ ਕੇ ਉਸ ਪੈਸੇ ਦੇ ਦੇਵਤੇ ਨੂੰ, ਝੂਠ ਦੇ ਦੇਵਤੇ ਨੂੰ, ਲਾਲਚ ਦੇ ਦੇਵਤੇ ਨੂੰ, ਨਸ਼ੇ ਦੇ ਦੇਵਤੇ ਨੂੰ, ਮੋਬਾਈਲ ਦੇ ਦੇਵਤੇ ਨੂੰ ਪੂਜਦੇ ਨੇ। ਮੇਰੀ ਅੱਜ ਪ੍ਰਾਰਥਨਾ ਖੁਦਾਵੰ ਜੀ, ਆਪਣੀ ਰੂਹ ਦੀ ਅੱਗ ਦੇ ਨਾਲ ਜਿਸ ਤਰ੍ਹਾਂ ਤੁਸੀਂ ਖੁਦਾ ਜੀ ਉਸ ਸਮੇਂ ਉਸ ਵਛੜੇ ਦਾ ਨਾਸ਼ ਕੀਤਾ, ਅੱਜ ਇਹਨਾਂ ਦੇ ਮਨਾਂ ਦੇ ਅੰਦਰ ਜਿਹੜੇ ਖੁਦਾਵੰ ਜੀ ਇਹ ਪੈਸਾ ਲਾਲਚ ਹਰੇਕ ਪ੍ਰਕਾਰ ਦਾ ਜਿਹੜਾ ਪ੍ਰਭੂ ਜੀ ਗੋਡ ਕ੍ਰੀਏਟ ਹੋ ਚੁੱਕਾ ਉਹ ਨਸ਼ਟ ਹੋ ਜਾ।
ਇਹ ਫ੍ਰੀ ਹੋ ਜਾਣ ਇਸ ਸਮੇਂ ਪ੍ਰਭੂ ਜੀ। ਜਿਸ ਤਰ੍ਹਾਂ ਅਬਰਾਹਮ ਨੇ ਆਪਣੇ ਜੀਵਨ ਦੇ ਵਿੱਚ ਆਪਣੇ ਪੁੱਤਰ ਦਾ ਸੈਕਰੀਫਾਈ ਕੀਤਾ ਪ੍ਰਭੂ ਜੀ, ਇਹ ਤੇਰੇ ਸਾਹਮਣੇ ਵੀ ਉਹਨੇ ਦੱਸਿਆ ਕਿ ਸੱਚਮੁੱਚ ਪ੍ਰਭੂ ਜੀ ਮੈਂ ਤੈਨੂੰ ਪਹਿਲਾ ਸਥਾਨ ਦਿੰਦਾ, ਤੂੰ ਹੀ ਮੇਰਾ ਪਰਮੇਸ਼ਵਰ ਆ। ਅੱਜ ਇਹਨਾਂ ਬੱਚਿਆਂ ਨੇ ਖੜੇ ਹੋ ਕੇ ਸਾਬਤ ਕੀਤਾ ਵੀ ਮੇਰਾ ਪਰਮੇਸ਼ਵਰ ਤੂੰ ਆ ਪ੍ਰਭੂ ਯਿਸੂ ਮਸੀਹ ਜੀ। ਇਹ ਪੈਸਾ, ਇਹ ਲਾਲਚ, ਇਹ ਮੋਬਾਈਲ, ਇਹ ਨਸ਼ਾ ਮੈਨੂੰ ਖੁਦਾ ਜੀ ਤੇਰੇ ਤੋਂ ਦੂਰ ਨਹੀਂ ਕਰ ਸਕਦਾ। ਸੱਚਮੁੱਚ ਖੁਦਾਵੰਦ ਜੀ ਦੇ ਜੀਵਨ ਦੇ ਵਿੱਚ ਇਹ ਵੱਡੀ ਗਵਾਹੀ ਨੂੰ ਕਾਇਮ ਕਰ ਪ੍ਰਭੂ ਜੀ। ਅੱਜ ਵੱਧ ਤੋਂ ਜ਼ਿਆਦਾ, ਵੱਧ ਤੋਂ ਵੱਧ ਸਮਾਂ ਤੇਰੇ ਨਾਲ ਬਿਤਾਉਣ, ਤੇਰੇ ਨਾਲ ਸਮਾਂ ਸਪੈਂਡ ਕਰਨ ਪ੍ਰਭੂ ਜੀ। ਔਰ ਮੇਰੀ ਪ੍ਰਾਰਥਨਾ ਅੱਜ ਤੋਂ ਖੁਦਾ ਜੀ ਦੇ ਜੀਵਨ ਵਿੱਚ ਸੁਧਾਰ ਆ ਜਾਵੇ ਔਰ ਦੁਨਿਆਵੀ ਗੋਡ ਇਹਨਾਂ ਦੇ ਅੰਦਰੋਂ ਖਤਮ ਹੋ ਜਾਣ ਪ੍ਰਭੂ ਜੀ। ਇਹ ਦਵਾਈ ਯਿਸੂ ਮਸੀਹ ਦੇ ਨਾਮ 'ਚ ਪਿਤਾ ਪਰਮੇਸ਼ਵਰ ਕੋਲੋਂ ਮੰਗਦੇ ਹਾਂ, ਆਮੇਨ। ਬੈਠ ਜਾਓ ਆਪਣੀ ਆਪਣੀ ਜਗ੍ਹਾ 'ਤੇ। ਵੀ ਆਪਣੇ ਪਾਪ ਨੂੰ ਮੰਨਣਾ ਵੀ ਮੇਰੇ ਅੰਦਰ ਆ ਪਾਪ ਆ, ਇਹ ਗੋਡ ਆ ਮੇਰੇ ਅੰਦਰ ਜਿਹਦੀ ਵਜ੍ਹਾ ਨਾਲ ਮੈਂ ਪਰਮੇਸ਼ਵਰ ਤੋਂ ਕੀ ਹੋਇਆ ਹੋਇਆ, ਦੂਰ ਹੋਇਆ। ਇਹ ਬਹੁਤ ਵੱਡੀ ਗੱਲ ਹੈ, ਤੁਸੀਂ ਇਸ ਗੱਲ ਨੂੰ ਮੰਨਿਆ ਵੀ ਮੇਰੇ ਅੰਦਰ ਆ ਕਮੀ ਆ ਜਿਹਦੀ ਵਜ੍ਹਾ ਨਾਲ ਮੈਂ ਪਰਮੇਸ਼ਵਰ ਤੋਂ ਕੀ ਹਾਂ, ਦੂਰ ਹਾਂ, ਤਾਂ ਮੇਰਾ ਈਮਾਨ ਆ ਜੋ ਕਮੀ ਖਤਮ ਹੋ ਗਈ ਆ। ਜਿਸ ਤਰ੍ਹਾਂ ਪਰਮੇਸ਼ਵਰ ਦੇ ਦਾਸ ਮੂਸਾ ਨੇ ਉਸ ਵਛੜੇ ਨੂੰ ਖਤਮ ਕੀਤਾ, ਅੱਜ ਤੁਹਾਡੇ ਅੰਦਰੋਂ ਕਈ ਪ੍ਰਕਾਰ ਦੇ ਵਛੜੇ ਖਤਮ ਹੋ ਚੁੱਕੇ ਆ। ਹਾਲੇਲੂਇਆ। ਅੱਖਾਂ ਨੂੰ ਬੰਦ ਕਰੋ, ਸਿਰਾਂ ਨੂੰ ਝੁਕਾਓ ਅਤੇ ਦੁਆ ਕਰੋ ਮਨ ਲਾ ਕੇ ਵੀ ਪ੍ਰਭੂ ਜੀ ਸੱਚਮੁੱਚ ਮੇਰੇ ਜੀਵਨ 'ਚ ਕੋਈ ਇੱਦਾਂ ਦਾ ਦੇਵਤਾ ਨਾ ਬਣੇ ਜਿਹੜਾ ਮੈਨੂੰ ਤੇਰੇ ਤੋਂ ਅੱਡ ਕਰੇ, ਕਿਉਂਕਿ ਮੈਂ ਤੇਰੇ ਸਨਮੁੱਖ ਪ੍ਰਭੂ ਜੀ ਕੋਈ ਇੱਦਾਂ ਦਾ ਗੋਡ ਕ੍ਰੀਏਟ ਨਹੀਂ ਕਰਨਾ ਚਾਹੁੰਦਾ ਜਿਹਦੇ ਨਾਲ ਤੁਹਾਨੂੰ ਪ੍ਰਭੂ ਜੀ ਕ੍ਰੋਧ ਆਵੇ, ਗੁੱਸਾ ਆਵੇ। ਮੈਂ ਸਿਰਫ ਔਰ ਸਿਰਫ ਤੁਹਾਡੀ ਮਹਿਮਾ, ਤੁਹਾਡੀ ਭਗਤੀ ਕਰਨਾ ਚਾਹੁੰਦਾ ਖੁਦਾਵੰਦ ਜੀ। ਮੇਰੇ ਜੀਵਨ 'ਚ ਪਹਿਲਾ ਸਥਾਨ ਪ੍ਰਭੂ ਜੀ ਤੁਹਾਡਾ ਵਾ। ਜਿੰਨੇ ਔਨਲਾਈਨ ਵੀ ਦੇਖਦੇ ਹੋ ਪਰਮੇਸ਼ਵਰ ਦੇ ਸਾਹਮਣੇ ਸਮਰਪਿਤ ਕਰੋ ਆਪਣੇ ਆਪ ਨੂੰ, ਪਹਿਲਾ ਸਥਾਨ ਪ੍ਰਭੂ ਨੂੰ ਦਿਓ। ਇਹ ਪੈਸੇ ਦਾ ਜਿਹੜਾ ਦੇਵਤਾ ਨਾ, ਇਹ ਸਾਨੂੰ ਖੁਦਾ ਤੋਂ ਰੋਕੇਗਾ। ਝੂਠ ਦਾ ਦੇਵਤਾ ਸਾਨੂੰ ਪਰਮੇਸ਼ਵਰ ਤੋਂ ਰੋਕੇ, ਨਸ਼ੇ ਦਾ ਦੇਵਤਾ ਜਿਹੜਾ ਅਸੀਂ ਕਰਦੇ ਹਾਂ ਇਹ ਤੁਹਾਨੂੰ ਪਰਮੇਸ਼ਵਰ ਤੋਂ ਰੋਕੇਗਾ। ਜਿਸ ਤਰ੍ਹਾਂ ਹਰੂਨ ਨੇ ਵਛੜਾ ਬਣਾਤਾ ਉਹਨਾਂ ਲੋਕਾਂ ਦੇ ਕਹਿਣ 'ਤੇ, ਅੱਜ ਬਹੁਤ ਸਾਰੇ ਪਾਸਟਰ ਜਿਨ੍ਹਾਂ ਨੇ ਕਲੀਸੀਆ ਦੇ ਅੰਦਰ ਇੱਕ ਵਛੜਾ ਬਣਾ ਛੱਡਿਆ, ਵਛੜੇ ਦਾ ਭਾਵ ਇਹ ਪਰਮੇਸ਼ਵਰ ਨੂੰ ਛੱਡ ਕੇ ਲੋਕ ਪਾਦਰੀਆਂ ਨੂੰ ਪੂਜਦੇ ਨੇ, ਪਾਦਰੀਆਂ ਦੀ ਆਰਾਧਨਾ ਕਰਦੇ ਨੇ, ਪਾਦਰੀਆਂ ਨੂੰ ਜੈ ਜੈਕਾਰ ਕਰਦੇ ਨੇ। ਅੱਜ ਉਹ ਚਰਚਾਂ ਦੇ ਵਿੱਚ ਵਛੜਾ ਬਣ ਚੁੱਕਾ ਹੈ। ਜੇ ਚਾਹੁੰਦੇ ਹੋ ਵੀ ਉਸ ਚਰਚ ਵਿੱਚ ਪਰਮੇਸ਼ਵਰ ਕੰਮ ਕਰੇ, ਪਾਸਟਰ ਜੀ ਨੂੰ ਘੱਟ ਅਤੇ ਪ੍ਰਭੂ ਨੂੰ ਜ਼ਿਆਦਾ ਮਹਿਮਾ ਦਿਓ। ਠੀਕ ਹੈ, ਪਾਸਟਰ ਸਾਡੇ ਦੂਣੇ ਆਦਰ ਦੇ ਯੋਗ ਆ, ਜਿਹੜੀ ਪਾਸਟਰਾਂ ਦੀ ਰਿਸਪੈਕਟ ਆ ਉਹ ਪਾਸਟਰ ਨੂੰ ਦਿਓ, ਪਰ ਜਿਹੜੀ ਰਿਸਪੈਕਟ ਪਰਮੇਸ਼ਵਰ ਨੂੰ ਦੇਣ ਵਾਲੀ ਉਹ ਪਰਮੇਸ਼ਵਰ ਨੂੰ ਦਿਓ, ਤਾਂ ਵੇਖੋ ਤੁਸੀਂ ਵੱਡੀ ਬਰਕਤ ਨੂੰ, ਆਸ਼ੀਸ਼ ਨੂੰ ਪਾਓਗੇ। ਦੁਆ ਕਰੋ ਮਨ ਲਾ ਕੇ, ਮਨ ਲਾ ਕੇ ਤੁਹਾਡੀ ਦੁਆ ਦੀ ਆਵਾਜ਼ ਆਵੇ।